ਦ ਸਿੱਖ ਵਿਊ ਪੁਆਇੰਟ ਨਾਲ ਜੁੜ ਚੁੱਕੀ ਸੰਗਤ ਦਾ ਨਿੱਘਾ ਸਵਾਗਤ ਹੈ ਅਤੇ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੱਲ ਅੱਜ ਅਸੀਂ ਕਰਾਂਗੇ ਸੁਖਬੀਰ ਬਾਦਲ ਦੇ ਤਨਖਾਹੀਆ ਕਰਾਰ ਜਾਣ ਬਾਰੇ ਅਤੇ ਉਹਦਾ ਪੰਜਾਬ ਅਤੇ ਪੰਥਕ ਸਿਆਸਤ 'ਤੇ ਕੀ ਅਸਰ ਪਊਗਾ ਉਸ ਬਾਰੇ। ਸੋ ਗੱਲਾਂ ਬਹੁਤ ਜ਼ਿਆਦਾ ਨੇ ਅਤੇ ਬਹੁਤ ਡੂੰਘੀਆਂ ਅਤੇ ਲੰਬੀਆਂ ਹੋ ਸਕਦੀਆਂ ਨੇ। ਸੋ ਬਿਨਾਂ ਹੋਰ ਸਮਾਂ ਜ਼ਾਇਆ ਕੀਤਿਆਂ ਸਾਰਿਆਂ ਨਾਲੋਂ ਪਹਿਲਾਂ ਸਰਦਾਰ ਰਜਮੇਰ ਸਿੰਘ ਉਹਨਾਂ ਨਾਲ ਫਤਿਹ ਦੀ ਸਾਂਝ ਪਾਉਂਦੇ ਹਾਂ, ਫਿਰ ਉਹਨਾਂ ਨਾਲ ਹੀ ਇਸ ਗੱਲਬਾਤ ਦਾ ਸਿਲਸਿਲਾ ਅੱਗੇ ਤੋਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮਸਲਾ ਤਾਂ ਬਹੁਤ ਪੁਰਾਣਾ ਚੱਲਦਾ ਆ ਰਿਹਾ ਜੀ, ਬਈ ਜੋ ਬੇਅਦਬੀਆਂ ਦਾ ਕਾਂਡ ਹੋਇਆ ਅਤੇ ਜੋ ਫਿਰ ਉਸ ਤੋਂ ਬਾਅਦ ਜੋ ਪੰਥ ਦੇ ਵਿੱਚ ਉਸ ਨੂੰ ਲੈ ਕੇ ਵਲਵਲੇ ਉੱਠੇ। ਸੋ ਸਾਰੀ ਉਂਗਲਾਂ ਤਾਂ ਅਕਾਲੀ ਦਲ ਦੀ ਜਿਹੜੀ ਉੱਪਰਲੀ ਜੋ ਲੀਡਰਸ਼ਿਪ ਹੈ ਆ ਮੁੱਖ ਆਗੂ ਨੇ ਉਹਨਾਂ ਵਾਲੀ ਹੋ ਰਹੀਆਂ ਸੀ ਅਤੇ ਜਿਨ੍ਹਾਂ ਵਿੱਚ ਬਾਦਲ ਕੇ ਵੀ ਸ਼ਾਮਿਲ ਨੇ। ਪਰ ਹੁਣ ਕਰਦੇ ਕਰਦੇ ਹੌਲੀ ਹੌਲੀ ਗੱਲ ਇੱਥੇ ਤਾਂ ਹੀ ਪਹੁੰਚ ਗਈ ਬਈ ਸੁਖਬੀਰ ਬਾਦਲ ਨੂੰ ਅਕਾਲ ਤਖਤ ਸਾਹਿਬ ਵੱਲੋਂ ਤਨਖਾਹੀਆ ਕਰਾਰ ਦਿੱਤਾ ਗਿਆ। ਸੋ ਸਾਰਿਆਂ ਨਾਲੋਂ ਪਹਿਲਾਂ ਤਾਂ ਆਪ ਜੀ ਨੂੰ ਇਹੀ ਪੁੱਛਣਾ ਹੈ ਬਈ ਜੋ ਤਨਖਾਹੀਆ ਕਰਾਰ ਦੇਣ ਦਾ ਜੋ ਵਿਧੀ ਵਿਧਾਨ ਹੈ ਉਹ ਇਸ ਜਿਹੜਾ ਇਹ ਜਿਹੜਾ ਵਰਤਾਰਾ ਹੈ, ਜੋ ਇਹ ਪ੍ਰਕਿਰਿਆ ਹੈ ਉਹਦਾ ਕਿੰਨਾ ਕੁ ਪਾਲਣ ਕੀਤਾ ਗਿਆ ਹੈ, ਅਤੇ ਜੇ ਨਹੀਂ ਕੀਤਾ ਗਿਆ ਤਾਂ ਉਹਦਾ ਕੀ ਫਿਰ ਉਹਨੂੰ ਅਸੀਂ ਕਿਵੇਂ ਦੇਖੀਏ? ਦੇਖੋ ਰਮਨੀਕ ਸਿੰਘ, ਜੋ ਪਿਛਲੇ ਸਾਰੇ ਕੇਸ ਜਿੰਨੇ ਕੁ ਆਪਾਂ ਦੇਖੀਏ, ਜਿਹੜਾ ਇੱਕ ਆਮ ਤੌਰ 'ਤੇ ਕੀਤਾ ਹੁੰਦਾ ਕਿਵੇਂ ਹੈ, ਵੀ ਸਭ ਤੋਂ ਪਹਿਲਾਂ ਸ਼ਿਕਾਇਤ ਪਹੁੰਚਦੀ ਹੈ ਕਿਸੇ ਦੇ ਖਿਲਾਫ ਅਕਾਲ ਤਖਤ ਕੋਲ ਲਿਖਤੀ ਰੂਪ ਦੇ ਵਿੱਚ, ਕੋਈ ਵੀ ਹੋਵੇ, ਸੰਗਤ ਵੀ ਕਰ ਸਕਦੀ ਹੈ, ਕੋਈ ਸੰਸਥਾ ਕਰ ਸਕਦੀ ਹੈ, ਕੋਈ ਵਿਅਕਤੀ ਕਰ ਸਕਦੇ ਹਨ। ਸੋ ਉੱਥੇ ਸ਼ਿਕਾਇਤ ਦਰਜ ਹੁੰਦੀ ਹੈ, ਫਿਰ ਉਸ ਦੇ ਉੱਤੇ ਵਿਚਾਰ ਹੁੰਦੀ ਹੈ ਉਹ ਸ਼ਿਕਾਇਤ 'ਤੇ, ਅਤੇ ਜੇ ਉਹਦੇ 'ਚ ਲੱਗੇ ਵੀ ਵਾਕਈ ਹੈ ਗੱਲ, ਫਿਰ ਉਹ ਦੋਸ਼ੀ ਨੂੰ ਬੁਲਾਇਆ ਜਾਂਦਾ ਸਪਸ਼ਟੀਕਰਨ ਦੇਣ ਵਾਸਤੇ, ਫਿਰ ਉਹਦਾ ਸਪਸ਼ਟੀਕਰਨ ਸੁਣਿਆ ਜਾਂਦਾ ਵੀ ਉਹ ਕੀ ਕਹਿਣਾ ਚਾਹੁੰਦਾ, ਫਿਰ ਉਹਦੇ ਸਪਸ਼ਟੀਕਰਨ ਉੱਤੇ ਵਿਚਾਰ ਕਰਦੇ ਆ ਸਿੰਘ ਸਾਹਿਬਾਨ ਵੀ ਆਹ ਦੋਸ਼ ਲੱਗੇ ਇਹਦਾ ਆਹ ਪੱਖ ਹੈ। ਸੋ ਫਿਰ ਅਖੀਰ ਦੇ ਉੱਤੇ ਜਾ ਕੇ ਉਸ ਨੂੰ ਵੀ ਜਿਵੇਂ ਖੜ੍ਹਾ ਕਰਕੇ ਕਟਹਿਰੇ 'ਚ ਕਹਿ ਲਓ, ਸੰਗਤ ਸਾਹਮਣੇ ਅਕਾਲ ਤਖਤ ਸਾਹਮਣੇ ਇਹ ਕਟਹਿਰੇ 'ਚ ਖੜ੍ਹਾ ਹੋ ਜਾਂਦਾ, ਅਤੇ ਉੱਥੇ ਫਿਰ ਉਹ ਤੂੰ ਮਤਲਬ ਇਹ ਕਹਿ ਲਓ ਕਿ ਦੋ ਟੁੱਕ ਜਵਾਬ ਮੰਗੇ ਜਾਂਦੇ ਵੀ ਤੇਰੇ 'ਤੇ ਆਹ ਦੋਸ਼ ਹੈ, ਕਬੂਲ ਤਾਂ ਕਿ ਨਹੀਂ, ਜੇ ਇੱਕੋ ਹੀ ਆ ਤਾਂ ਇੱਕੋ, ਜੇ ਦੋਸ਼ ਵੱਧਣ ਤਾਂ ਉਹ ਇਕੱਲਾ ਇਕੱਲਾ ਕਰਕੇ ਉਹ ਤੋਂ ਉੱਦਾਂ ਉਹਦੇ ਬਾਰੇ ਵੀ ਹਾਂ ਜਾਂ ਨਾ 'ਚ ਜਵਾਬ ਲਏ ਜਾਂਦੇ। ਸੋ ਜੇ ਤਾਂ ਉਹ ਮੁੱਕਰ ਜਾਵੇ ਫਿਰ ਚੱਲੋ ਜਿਹੜਾ ਵੀ ਹੋ ਸਕਦੀ ਹੈ, ਅਤੇ ਜੇ ਕਬੂਲ ਹੀ ਕਰ ਲਏ ਫਿਰ ਉਸ ਦੇ ਉੱਤੇ ਵਿਚਾਰ ਕਰਕੇ ਸਿੰਘ ਸਾਹਿਬਾਨ ਉਹਨੂੰ ਕੋਈ ਸਜ਼ਾ ਜਾਂ ਤਨਖਾਹ ਜਿਹਨੂੰ ਕਹਿ ਦਿੰਦੇ ਆਪਾਂ ਆਪਣੀ ਸ਼ਬਦਾਵਲੀ 'ਚ, ਉਹ ਸੁਣਾਈ ਜਾਂਦੀ ਹੈ। ਫਿਰ ਜਿੰਨਾ ਚਿਰ ਉਹ ਤਨਖਾਹ ਪੂਰੀ ਨਹੀਂ ਹੁੰਦੀ ਉਨਾ ਚਿਰ ਉਹ ਸੰਗਤ ਦੀਆਂ ਨਜ਼ਰਾਂ 'ਚ ਦੋਸ਼ੀ ਰਹਿੰਦਾ। ਇਸ ਕਰਕੇ ਉਹਦੇ ਪ੍ਰਤੀ ਜਿਹੜਾ ਰਵੱਈਆ ਵਿਹਾਰ ਹੈ ਸੰਗਤ ਦਾ ਉਹ ਇੱਕ ਦੋਸ਼ੀ ਵਾਲਾ ਹੀ ਹੋ ਦਾਗੀ ਹੋ ਜਾਂਦਾ।
ਉਹਨਾਂ ਚਿਰ ਉਹ ਨਾ ਕੋਈ ਪੰਥਕ ਅਹੁਦਾ ਲੈ ਸਕਦਾ ਹੈ, ਨਾ ਕੋਈ ਪੰਥਕ ਜ਼ਿੰਮੇਵਾਰੀ ਨਿਭਾ ਸਕਦਾ। ਸੋ ਉਹਨੂੰ ਇੱਕ ਹਿਸਾਬ ਨਾਲ ਹਕਾਰਤ ਦੀ ਨਜ਼ਰ ਨਾਲ ਹੀ ਦੇਖਿਆ ਜਾਂਦਾ, ਜਿੰਨਾ ਚਿਰ ਉਹ ਦੋਸ਼ ਮੁਕਤ ਨਹੀਂ ਹੁੰਦਾ। ਜਦੋਂ ਸਜ਼ਾ ਪੂਰੀ ਕਰ ਲੈਂਦਾ ਫਿਰ ਅਕਾਲ ਤਖ਼ਤ ਅੱਗੇ ਪੇਸ਼ ਹੁੰਦਾ ਨਿਰਮਾਣਤਾ ਸਹਿਤ, ਫਿਰ ਉਹਨੂੰ ਦੋਸ਼ ਮੁਕਤ ਜੇ ਸੈਟਿਸਫਾਈ ਹੋ ਗਏ ਵੀ ਠੀਕ ਇਹਨੇ ਸਜ਼ਾ ਤਨਖਾਹ ਜਾਂ ਸੇਵਾ ਨਿਭਾ ਲਈ, ਫਿਰ ਉਹਨੂੰ ਦੋਸ਼ ਮੁਕਤ ਕਰਾਰ ਦੇ ਕੇ ਛੱਡ ਦਿੱਤਾ ਜਾਂਦਾ। ਹੁਣ ਸਜ਼ਾ ਕਿੰਨੀ ਦੇਣੀ ਹੈ, ਉਹਦੇ ਰੂਪ ਕੀ ਹੋਊ, ਕਿਵੇਂ, ਇਹ ਤਾਂ ਹਾਲਾਤ, ਵਿਅਕਤੀ ਅਤੇ ਉਹਦੇ ਗੁਨਾਹ ਗਲਤੀਆਂ ਦੇ ਹਿਸਾਬ ਨਾਲ ਤੈਅ ਹੁੰਦਾ। ਸੋ ਆਮ ਤੌਰ 'ਤੇ ਜੋ ਪ੍ਰੈਸੀਡੈਂਟ, ਜੋ ਹੁਣ ਰੀਸੈਂਟ ਸਮੇਂ 'ਚ ਵੱਡੀਆਂ ਉਦਾਹਰਨਾਂ ਸਾਹਮਣੇ ਆਈਆਂ, ਉਂਝ ਤਾਂ ਇਹ ਵੀ ਅਕਾਲੀ ਦਲ ਦੇ ਪ੍ਰਧਾਨ ਸੱਦੇ ਜਾਂਦੇ ਰਹੇ ਨੇ ਬਕਾਇਦਾ। ਸਭ ਤੋਂ ਪਹਿਲਾਂ ਮਾਸਟਰ ਤਾਰਾ ਸਿੰਘ ਬੁਲਾਇਆ ਗਿਆ ਸੀ ਜਦੋਂ ਅਰਦਾਸ ਕਰਕੇ ਅਕਾਲ ਤਖ਼ਤ ਸਾਹਿਬ 'ਤੇ ਮਰਨ ਵਰਤ 'ਤੇ ਬੈਠਾ ਸੀ ਵੀ ਬਿਨਾਂ ਮੰਗ ਮੰਗਵਾਏ ਮੈਂ ਮਰਨ ਵਰਤ ਨਹੀਂ ਛੱਡੂੰਗਾ, ਮੈਂ ਆਪਣੀ ਜ਼ਿੰਦਗੀ ਦੇ ਦੂੰ। ਅਤੇ ਮੁੜ ਕੇ ਫਿਰ ਉਹਨੇ ਉਹ ਵਰਤ ਤੋੜਤਾ ਸੀ, ਅਤੇ ਉਹ ਤੋੜਨ ਦਾ ਫੈਸਲਾ ਵਰਕਿੰਗ ਕਮੇਟੀ ਨੇ ਕੀਤਾ ਸੀ, ਇਸ ਕਰਕੇ ਸਾਰੀ ਵਰਕਿੰਗ ਕਮੇਟੀ ਦੋਸ਼ੀ ਕਰਾਰ ਦਿੱਤੀ ਗਈ ਸੀ, ਸਾਰਿਆਂ ਨੂੰ ਤਨਖਾਹ ਲਾਈ ਗਈ ਸੀ। ਫਿਰ ਉਹਨੇ ਪੂਰੀ ਕਰ ਲਈ, ਫਿਰ ਉਹ ਦੋਸ਼ ਮੁਕਤ ਹੋਇਆ। ਉਸ ਤੋਂ ਬਾਅਦ ਸੰਤ ਫਤਿਹ ਸੁਣਨਾ ਇਸ ਤਰ੍ਹਾਂ ਹੋਇਆ, ਫਿਰ ਸੁਰਜੀਤ ਸਿੰਘ ਬਰਨਾਲਾ। ਸੁਰਜੀਤ ਸਿੰਘ ਬਰਨਾਲਾ 'ਚ ਵਾਧੂ ਗੱਲ ਇਹ ਸੀ ਕਿ ਅਕਾਲੀ ਦਲ ਦਾ ਵੀ ਪ੍ਰਧਾਨ ਸੀ ਅਤੇ ਚੀਫ ਮਿਨਿਸਟਰ ਵੀ ਸੀ। ਸੋ ਉਹਨੇ ਜੋ ਗੁਨਾਹ ਕੀਤੇ ਉਹ ਚੀਫ ਮਿਨਿਸਟਰ ਹੋਣ ਦੀ ਹੈਸੀਅਤ 'ਚ ਸਰਕਾਰ ਵੱਲੋਂ ਉਹ ਜੋ ਦਰਬਾਰ ਸਾਹਿਬ 'ਚ ਫੌਜ ਭੇਜਣੀ ਜਾਂ ਆਰਮਡ ਫੋਰਸਿਸ ਭੇਜਣੀਆਂ ਉਹ ਤਾਂ ਸੀਗਾ, ਅਤੇ ਇਸ ਕਰਕੇ ਉਹ ਜਦੋਂ ਬੁਲਾਇਆ ਗਿਆ ਤਾਂ ਉਹਨੇ ਵੀ ਆਪਦਾ ਗੁਨਾਹ ਕਬੂਲ ਕੀਤਾ। ਉਹਦੇ ਮਾਮਲੇ 'ਚ ਇਹ ਹੋਇਆ ਵੀ ਉਹਦੇ ਗਲ 'ਚ ਫੱਟੀ ਪਾਈ ਗਈ, ਮੈਂ ਦੋਸ਼ੀ ਪਾਪੀ ਤੂੰ ਬਖਸ਼ਣਹਾਰ। ਅਤੇ ਜਿੰਨਾ ਚਿਰ ਉਹ ਉਹਦੀ ਤਨਖਾਹ ਪੂਰੀ ਨਹੀਂ ਹੋਈ ਜਿੰਨੇ ਦਿਨ ਉਹ ਫੱਟੀ ਉਹਦੇ ਗਲ 'ਚ ਰਹੀ, ਸੰਗਤਾਂ ਦੇ ਸਾਹਮਣੇ ਸਾਰੀਆਂ ਸੰਗਤਾਂ ਦੇਖਦੀਆਂ ਸੀ। ਅਤੇ ਇਸੇ ਤਰ੍ਹਾਂ ਹੀ ਮਤਲਬ ਬੂਟਾ ਸਿੰਘ ਨੇ ਅਕਾਲ ਤਖ਼ਤ ਸਾਹਿਬ ਮੁੜ ਕੇ ਬਣਵਾਇਆ, ਜਿਵੇਂ ਸਰਕਾਰੀ ਮਦਦ ਨਾਲ ਪੰਥਕ ਭਾਵਨਾਵਾਂ ਨੂੰ ਅਣਡਿੱਟ ਕਰਕੇ ਉਹਦੀ ਉਹਨੂੰ ਸਜ਼ਾ ਲਾਈ ਗਈ, ਉਹਦੇ ਵੀ ਗਲ ਦੇ ਵਿੱਚ ਤਖ਼ਤੀ ਪਾਈ ਗਈ। ਅਤੇ ਜਿੰਨਾ ਚਿਰ ਉਹਨੇ ਪੂਰੀ ਨਹੀਂ ਕੀਤੀ ਉਹਨਾਂ ਚਿਰ ਉਹ ਮਤਲਬ ਤਨਖਾਹੀਏ ਰਿਹਾ ਜਾਂ ਦੋਸ਼ੀ ਰਿਹਾ। ਇਸ ਤਰ੍ਹਾਂ ਦੀਆਂ ਮਤਲਬ ਜਿਹੜੀਆਂ ਆਪਾਂ ਕਹੀਏ ਕੁਛ ਉਦਾਹਰਨਾਂ। ਅਤੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਮਾਮਲਾ ਆਉਂਦਾ ਕਈ ਵਾਰ ਜ਼ਿਕਰ, ਉਹਦੇ 'ਚ ਬੰਦੇ ਇੱਕ ਗੱਲ ਮਿਸ ਕਰਦੇ ਨਾ, ਉਹਦਾ ਜਿਹੜੀ ਉਹਦੀ ਜੋ ਗਲਤੀ ਕਹਿ ਲਓ ਜਾਂ ਉਹਦਾ ਜੋ ਜੁਰਮ ਸੀ ਉਹ ਨਿੱਜੀ ਆਚਰਣ ਨੂੰ ਲੈ ਕੇ ਸੀ, ਉਹਦੇ 'ਚ ਕੋਈ ਕੌਮ ਦਾ ਮਸਲਾ ਇਨਵੋਲਵ ਨਹੀਂ ਸੀ। ਮੈਨੂੰ ਕੌਮ ਦਾ ਨੁਕਸਾਨ ਕਰਤਾ, ਉਹ ਸਿੱਖ ਤੋਂ ਇੱਕ ਜੋ ਆਚਰਣ ਜਿਸ ਕਿਸਮ ਦੀ ਮੰਗ ਕੀਤੀ ਜਾਂਦੀ ਹੈ ਅਤੇ ਉਹਨੇ ਇੱਕ ਸਿੱਖ ਹੋਣ ਦੇ ਨਾਤੇ ਉਹਦੀ ਉਲੰਘਣਾ ਕੀਤੀ ਅਤੇ ਉਹਦੀ ਉਹਨੂੰ ਫਿਰ ਉਹ ਸਜ਼ਾ ਦਿੱਤੀ ਗਈ ਸੀ। ਅਤੇ ਇਹ ਇਸ ਤਰ੍ਹਾਂ ਦੇ ਮਤਲਬ ਆਪਣੇ ਸਾਹਮਣੇ ਪੂਰਬ ਮਿਸਾਲਾਂ ਪਈਆਂ ਕਾਫੀ, ਜਿਵੇਂ ਕਰਤਾਰ ਸਿੰਘ ਬੇਦੀ ਦਾ ਮਾਮਲਾ ਆਇਆ ਸੀ। ਹੁਣ ਬੇਦੀ ਜਿਹੜਾ ਸੀਗਾ ਉਹ ਗੁਰੂ ਦੀ ਅੰਸ਼ 'ਚੋਂ ਹੋਣ ਕਰਕੇ ਗੱਦੀ ਲਾ ਕੇ ਉਹਦੀ ਬਕਾਇਦਾ ਮਤਲਬ
ਪੂਜਾ ਹੁੰਦੀ ਸੀਗੀ ਅਤੇ ਜਿਵੇਂ ਪਹਿਲਾਂ ਖੇਮ ਸੁਬੇਦ ਦੀ ਅਤੇ ਫਿਰ ਇਹ ਕਰਤਾਰ ਸੁਬੇਦ ਦੀ ਹੁੰਦਾ ਸੀਗਾ ਅਤੇ ਉਹਨੇ ਨਨਕਾਣਾ ਸਾਹਿਬ ਦੇ ਸਾਕੇ ਵੇਲੇ ਉਹਦੀ ਮਦਦ ਕੀਤੀ ਮਹੰਤ ਦੀ। ਇਹ ਤਾਂ ਬਹੁਤ ਗੁੱਸਾ ਸੀਗਾ ਸੰਗਤ ਨੂੰ, ਸੋ ਉਹਨੂੰ ਵੀ ਅਕਾਲ ਤਖ਼ਤ ਸਾਹਿਬ 'ਤੇ ਬੁਲਾਇਆ, ਉੱਥੇ ਉਹਨੂੰ ਸਜ਼ਾ ਤਨਖਾਹ ਲਾਈ ਅਤੇ ਜੋ ਪਹਿਲਾਂ ਸੁਣਾਈ ਉਹ ਇਹ ਸੀ ਵੀ ਇਹਦਾ ਮੂੰਹ ਕਾਲਾ ਕਰਕੇ ਖੋਤੇ 'ਤੇ ਬਿਠਾ ਕੇ ਸਾਰੇ ਸ਼ਹਿਰ 'ਚ ਅੰਮ੍ਰਿਤਸਰ ਫੇਰਿਆ ਜਾਵੇ। ਪਰ ਜਦੋਂ ਉਹਨੂੰ ਸਜ਼ਾ ਸੁਣਾਈ ਉਹ ਰੋ ਪਿਆ, ਜੜਿਆ ਕੇ ਰੋਣ ਲੱਗ, ਕਹਿੰਦਾ ਜੀ ਮੈਂ ਗੁਰੂ ਨਾਨਕ ਸਾਹਿਬ ਦੇ ਵੰਸ਼ 'ਚੋਂ ਹਾਂ, ਕੁਛ ਰਿਆਇਤ ਕਰੋ। ਚੱਲ ਜੋ ਵੀ ਹੋਇਆ ਪਤਾ ਨਹੀਂ ਕਿਵੇਂ ਹੋਇਆ, ਮਤਲਬ ਉਹਨੇ ਫਿਰ ਇਹ ਇੰਨੀ ਕੁ ਰਿਆਇਤ ਲੈ ਲਈ ਸੀ ਵੀ ਮੇਰਾ ਮੂੰਹ ਨਾ ਕਾਲਾ ਕਰੋ, ਨਾ ਖੋਤੇ 'ਤੇ ਬਿਠਾਓ, ਇਹ ਜ਼ਿਆਦਾ ਅਪਮਾਨਜਨਕ ਹੈ, ਕੋਈ ਹੋਰ ਸਜ਼ਾ ਦੇ ਦਿਓ। ਫਿਰ ਉਹਨੂੰ ਸਜ਼ਾ ਇਹ ਦਿੱਤੀ ਸੀ ਵੀ ਤੂੰ ਨੰਗੇ ਆਪਣਾ ਇੱਥੋਂ ਪੈਦਲ ਤੁਰ ਕੇ ਜਾ ਨਨਕਾਣਾ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ, ਅਤੇ ਫਿਰ ਮੁੜ ਕੇ ਆ। ਐਂ ਆ ਮਤਲਬ ਵੀ ਚਲੋ ਸਜ਼ਾ ਕੀ ਦੇਣੀ ਆ ਕੀ ਉਹ ਨਹੀਂ, ਮਤਲਬ ਪਿੱਛੇ ਸਪਿਰਿਟ ਤਾਂ ਇਹ ਹੈ ਵੀ ਬੰਦੇ ਦੀ ਨੂੰ ਅਹਿਸਾਸ ਹੋਵੇ ਵੀ ਮੈਥੋਂ ਗਲਤ ਹੋਇਆ। ਭਾਵਨਾ ਅਹਿਸਾਸ ਕਰਾਉਣ ਦੀ ਆ, ਉਹ ਤੋਂ ਕੋਈ ਬਦਲਾ ਲੈਣ ਦੀ ਨਹੀਂ ਹੁੰਦੀ ਹੈ। ਇਹ ਇੱਕ ਫਰਕ ਹੈ ਦੁਨਿਆਵੀ ਸਜ਼ਾ ਦਾ ਅਤੇ ਇੱਥੋਂ ਜੋ ਸਾਡੇ ਸਜ਼ਾ ਸੁਣਾਈ ਜਾਂਦੀ ਹੈ। ਮੋਰ ਇੰਪੋਰਟੈਂਟ ਇਹ ਹੈ ਵੀ ਉਹਦੇ ਅੰਦਰ ਇਹ ਗੱਲ ਜਾਗਦੀ ਹੈ ਕਿ ਨਹੀਂ, ਤਾਂ ਕਿ ਅੱਗੋਂ ਤੋਂ ਉਹ ਵੀ ਗਲਤੀ ਨਾ ਕਰੇ ਅਤੇ ਦੂਜਾ ਵੀ ਕੋਈ ਗਲਤੀ ਨਾ ਕਰੇ। ਇਹ ਹੈ ਜੀ ਮੋਟਾ ਜਿਹਾ ਜੀ। ਸੋ ਇੱਕ ਸਿੱਖਾਂ 'ਚੋਂ ਇੱਕ ਬਹੁਤ ਵੱਡਾ ਵਰਗ ਹੈ ਜਿਹੜਾ ਇਹ ਗੱਲਾਂ ਵੀ ਕਰਦਾ ਹੁਣ ਸੁਣਿਆ ਗਿਆ ਵੀ ਜਿੱਥੋਂ ਤਾਈਂ ਸੁਖਬੀਰ ਬਾਦਲ ਨੂੰ ਤਨਖਾਹ ਲਾਉਣ ਦੀ ਪ੍ਰਕਿਰਿਆ ਹੈਗੀ ਹੈ ਅਤੇ ਜਿਨ੍ਹਾਂ ਨੇ ਤਨਖਾਹ ਲਾਉਣੀ ਹੈ ਉਹਨਾਂ ਦੀ ਨਿਯੁਕਤੀ 'ਚ ਵੀ ਇਹਨਾਂ ਦਾ ਹੀ ਹੱਥ ਹੈ, ਸੋ ਇਸ ਸਾਰੇ ਕਾਸੇ ਨੂੰ ਕਿਵੇਂ ਦੇਖਦੇ ਹੋ ਆਪ ਜੀ? ਹਾਂ, ਇਹ ਜਿਹੜਾ ਪੱਖ ਹੈ ਇਹ ਬਿਲਕੁਲ ਨਵੇਕਲਾ ਹੈ। ਇਦੋਂ ਪਹਿਲਾਂ ਕਦੇ ਇਸ ਤਰ੍ਹਾਂ ਦੀ ਹਾਲਤ ਕਿਸੇ ਵੇਲੇ ਵੀ ਇਹ ਨਹੀਂ ਸੀ ਹੋਈ ਵੀ ਸੰਗਤ ਦੇ ਵਿੱਚ ਇਹ ਪਰਸੈਪਸ਼ਨ ਜਾਂ ਇਹ ਪ੍ਰਭਾਵ ਬਣਿਆ ਹੋਵੇ ਵੀ ਇਹ ਤਾਂ ਖੁਦ ਉਹਨਾਂ ਦੇ ਅਪੁਆਇੰਟੀ ਹੈ, ਜਾਂ ਕਈ ਇਹ ਵੀ ਕਹਿੰਦੇ ਨੇ ਵੀ ਉਹਨਾਂ ਤੋਂ ਤਾਂ ਤਨਖਾਹ ਲੈਂਦੇ ਨੇ ਅਤੇ ਉਹਨਾਂ ਤੋਂ ਜਿਹੜੇ ਤਨਖਾਹ ਲੈਣ ਵਾਲੇ ਬੰਦੇ ਹੈ ਅਤੇ ਉਹਨਾਂ ਦੇ ਖਿਲਾਫ਼ ਕਿਵੇਂ ਫੈਸਲਾ ਕਰ ਸਕਦੇ ਆ, ਇੱਕ ਪੂਰਾ ਨਿਰਪੱਖ ਜਾਂ ਨਿਆਂ ਕਿਵੇਂ ਕਰ ਸਕਦੇ ਹੈ। ਸੋ ਇਹ ਪਹਿਲੀ ਵਾਰ ਹੋ ਰਿਹਾ, ਇਦੋਂ ਪਹਿਲਾਂ ਕਦੇ ਨਹੀਂ ਹੋਇਆ। ਭਾਵੇਂ ਬੂਟਾ ਸਿੰਘ ਨੂੰ ਬੁਲਾਇਆ, ਭਾਵੇਂ ਬਰਨਾਲੇ ਨੂੰ ਬੁਲਾਇਆ, ਭਾਵੇਂ ਸੰਤ ਫਤਿਹ ਸਿੰਘ ਨੂੰ, ਭਾਵੇਂ ਆਪਣਾ ਮਾਸਟਰ ਤਾਰਾ ਸਿੰਘ ਨੂੰ, ਭਾਵੇਂ ਜਗਦੇਵ ਸਿੰਘ ਤਲਵੰਡੀ ਨੂੰ, ਭਾਵੇਂ ਟੌੜ, ਜੋ ਵੀ ਹੋਈ ਇਹ ਕਦੇ ਨਹੀਂ ਸੀ ਹੋਇਆ ਵੀ ਜਥੇਦਾਰਾਂ ਜਥੇਦਾਰ ਸ਼ੱਕ ਦੇ ਦਾਇਰੇ ਹੇਠ ਆਏ ਹੋ। ਇਹ ਇਤਿਹਾਸ 'ਚ ਪਹਿਲੀ ਵਾਰ ਇਹ ਗੱਲ ਉੱਠ ਰਹੀ ਹੈ ਵੀ ਇੱਕ ਜਥੇਦਾਰਾਂ 'ਤੇ ਯਕੀਨ ਨਹੀਂ ਲੋਕਾਂ ਨੂੰ, ਦੂਜਾ ਜਿਹੜੇ ਦੋਸ਼ੀ ਹੈ ਉਹਦੇ ਖਿਲਾਫ਼ ਜਿੰਨਾ ਐਤਕੀ ਗੁੱਸਾ ਹੈ ਸੰਗਤ ਦੇ ਵਿੱਚ ਬਹੁਤ ਵਿਆਪਕ ਪੱਧਰ 'ਤੇ, ਇੰਨਾ ਨਹੀਂ ਸੀ ਕਦੇ ਵੀ ਹੁੰਦਾ। ਹੁੰਦਾ ਸੀ ਪਰ ਇਸ ਡਿਗਰੀ ਤੱਕ ਨਹੀਂ ਸੀ ਜਿੰਨਾ ਨੱਕੋ ਨੱਕ ਭਰੇ ਪਏ। ਇਹਦਾ ਇੱਕ ਪਿੱਛੇ ਅਮਲ ਹੈ ਨਾ ਚੱਲਿਆ, ਪੂਰੀ ਪ੍ਰਕਿਰਿਆ ਚੱਲੀ ਹੈ। ਇੱਕ ਤਾਂ ਅੱਜ ਤੋਂ ਸ਼ੁਰੂ ਹੋਇਆ, ਮਤ ਇਹ 97 ਤੋਂ ਸ਼ੁਰੂ ਹੋਇਆ, 96 ਤੋਂ ਇੱਕ ਸਟੈਪ, ਦੂਜਾ ਸਟੈਪ, ਤੀਜਾ ਸਟੈਪ ਵੀ ਜਿਵੇਂ ਪੰਥ ਨੂੰ ਢਾਹ ਲਾਉਣ ਵਾਲੀਆਂ ਕਿੰਨੀਆਂ ਗੱਲਾਂ ਕਰਦੇ ਤੁਰੇ ਗਏ। ਸੋ ਇਹ ਜਿਹੜੇ ਹੈਗੀ ਆ ਅਕਾਲੀ ਲੀਡਰਸ਼ਿਪ, ਆਪਾਂ ਇਹਨੂੰ ਇਕੱਲੇ ਬਾਦਲ ਉਹਨਾਂ ਦੇ ਮੋਹਰੀ ਹੈ, ਪਰ ਜੋ ਫੈਸਲੇ ਹੁੰਦੇ ਰਹੇ ਨੇ ਉਹ ਦੂਜਿਆਂ ਦੀ ਸਹਿਮਤੀ ਨਾਲ ਹੁੰਦੇ ਰਹੇ ਹੈ।
ਕਿਸੇ ਇੱਕ ਬਾਦਲ ਦਾ, ਭਾਵੇਂ ਵੱਡਾ ਬਾਦਲ ਸੀ ਭਾਵੇਂ ਛੋਟਾ, ਉਹਦੀ ਕੀ ਔਕਾਤ ਸੀਗਾ, ਮਤਲਬ ਇਹ ਫੈਸਲੇ ਕਰ ਜਾਂਦਾ ਅਤੇ ਪੁਗਾ ਜਾਂਦਾ। ਜੇ ਨਾਲ ਪੂਰੀ ਹਮਾਇਤ ਨਾ ਮਿਲੀ ਹੁੰਦੀ, ਇੱਕ ਪੂਰਾ ਸਟਰਕਚਰ ਸੀ ਉਹਨਾਂ ਦਾ, ਸੋ ਉਹ ਸਾਰੇ ਬਰਾਬਰ ਦੇ, ਬਰਾਬਰ ਦਾ ਲੋਕਾਂ ਨੂੰ ਗੁੱਸਾ ਹੈ, ਮਤਲਬ ਥੋਕ ਰੂਪ 'ਚ ਵੀ ਇਹ ਸਾਰਾ ਥਾਂ ਨਹੀਂ ਇਹ ਜਿਹਾ, ਇਹਦਾ ਕੋਈ ਇੱਕ ਅੱਧਾ ਵੀ ਇਹ ਨਹੀਂ ਵੀ ਵਿੱਚੋਂ ਪੀਸ ਕੋਈ ਗਲਤ ਨਿਕਲ ਗਿਆ। ਸੋ ਇਹ ਜਿਹੜੀਆਂ ਦੋ ਗੱਲਾਂ ਵੀ ਜਿਹੜੇ ਜਥੇਦਾਰ ਸ਼ੱਕ ਦੇ ਦਾਇਰੇ 'ਚ, ਲੋਕਾਂ ਨੂੰ ਪੂਰਾ ਯਕੀਨ ਨਹੀਂ ਵੱਜ ਰਿਹਾ ਡੇ ਵਨ ਤੋਂ, ਜਿਹਦੇ ਕਰਕੇ ਲੋਕ ਕਿੰਨੇ ਵਫਦ ਲੈ ਕੇ ਮਤੇ ਗੁਰਮਤੇ ਉਹਨਾਂ ਨੂੰ ਸੌਂਪ ਰਹੇ ਵੀ ਭਾਈ ਸਜ਼ਾ ਮਿਸਾਲੀ ਹੋਣੀ ਚਾਹੀਦੀ ਹੈ, ਸਖ਼ਤ। ਐਂ ਕਦੇ ਨਹੀਂ ਸੀ ਕਿਸੇ ਨੇ ਮੰਗ ਕੀਤੀ, ਉਹਨੂੰ ਪਤਾ ਸੀ, ਭਰੋਸਾ ਹੁੰਦਾ ਸੀ ਵੀ ਜੋ ਦੋਸ਼ ਮੁਤਾਬਕ ਸਜ਼ਾ ਮਿਲੂ ਮਿਲੂ। ਇਹ ਪਹਿਲੀ ਵਾਰ ਹੋ ਰਿਹਾ ਵੀ ਕੋਈ ਨਾ ਕੋਈ ਇੱਥੇ ਰਿਆਇਤ ਵਰਤੀ ਜਾਊਗੀ। ਸੋ ਇਹ ਪੱਖ ਜਿਹੜਾ ਹੈਗਾ, ਇਹਦਾ ਪਰਛਾਵਾਂ ਜੋ ਹੋਇਆ ਫੈਸਲਾ 30 ਨੂੰ, ਜੋ ਹੁਣ ਵੀ ਚੱਲ ਰਿਹਾ ਸਾਰਾ ਪ੍ਰੋਸੈਸ, ਇਸ ਹਾਲਾਤ ਦਾ ਪਰਛਾਵਾਂ ਉਹ ਸਾਰੇ ਕੁਛ 'ਤੇ ਦਿਸਦਾ ਹੈ। ਮਤਲਬ ਤੁਸੀਂ ਇਹ ਦੇਖੋ, ਉਹ ਉਦਣ ਦੇਖਣ ਵਾਲਾ ਵੀ 30 ਅਗਸਤ ਨੂੰ ਜੋ ਫੈਸਲਾ ਜਦੋਂ ਸੁਣਾਇਆ, ਜਥੇਦਾਰ ਬੜੇ ਸਵੈ ਵਿਸ਼ਵਾਸ ਦੇ ਰੌਂ 'ਚ ਫੈਸਲਾ ਸੁਣਾਉਂਦੇ ਹੁੰਦੇ ਸੀ ਸੰਗਤ ਸਾਹਮਣੇ ਬੜੇ ਮਾਣ ਨਾਲ, ਅਤੇ ਫਿਰ ਮੁੜ ਕੇ ਮਤਲਬ ਐਂ ਨਹੀਂ ਸੀ ਵੀ ਇੱਕਦਮ ਚੋਰਾਂ ਵਾਂਗੂ ਭੱਜ ਜਾਓ ਵੀ ਫੇਸ ਨਾ ਕਰੋ। ਇਹ ਪਹਿਲੀ ਵਾਰ ਹੋਇਆ, ਜਿੰਨੀ ਛੇਤੀ ਹੋਇਆ ਸਾਰਾ ਕੁਛ, ਮਤਲਬ 11 ਵਜੇ ਮੀਟਿੰਗ ਹੋ ਗਈ, 11:15 ਵਜੇ ਫੈਸਲਾ ਲੈ ਕੇ ਟਾਈਪ ਕੀਤਾ ਸਭ ਕੁਛ, ਜਿਹਨੂੰ ਸਭ ਕੁਛ ਪਹਿਲਾਂ ਤਿਆਰ ਸੀ। ਚਲੋ ਉਹ ਤਾਂ ਕੋਈ ਗੱਲ ਨਹੀਂ, ਪਹਿਲਾਂ ਵੀ ਰਾਏ ਮਸ਼ਵਰਾ ਚੱਲਦਾ ਰਹਿ ਸਕਦਾ, ਅਤੇ ਉੱਥੇ ਫੋਰਮੇਲਾਈ ਜੀ ਕਰਨਾ ਹੁੰਦਾ, ਪਰ ਤੁਸੀਂ ਉੱਥੇ ਖੜਿਆਂ ਦੀ ਬੋਡੀ ਲੈਂਗੁਏਜ ਦੇਖੋ, ਉਹ ਇੱਕ ਜਥੇਦਾਰ ਨੂੰ ਜੋ ਹੋਣਾ ਚਾਹੀਦਾ ਇੱਕ ਆਪਦੇ ਆਪ 'ਤੇ ਮਾਣ ਅਤੇ ਵਿਸ਼ਵਾਸ, ਅਤੇ ਉਹਨੂੰ ਪਤਾ ਸੀ ਵੀ ਕਿਤੇ ਨਾ ਕਿਤੇ ਸੰਗਤਾਂ ਦਾ ਸਾਡੇ 'ਚ ਵਿਸ਼ਵਾਸ ਹੈ ਹੀ, ਸੋ ਵੀ ਕੋਈ ਇਹੋ ਜਿਹੀ ਗੱਲ ਨਾ ਹੋ ਜੇ ਛੇਤੀ ਇੱਥੋਂ ਨਿਕਲਦੇ ਤੁਰਦੇ ਬਣੀ। ਸੋ ਇਹ ਪਹਿਲੀ ਵਾਰ ਹੋ ਰਿਹਾ, ਇਹ ਜਿਹੜੇ ਕੁਛ ਖਾਸ ਨਵੇਕਲੇ ਜੇ ਪੱਖ ਐਤਕੀ ਆ ਰਹੇ ਨਾ, ਇਸ ਕਰਕੇ ਆਪਾਂ ਸਾਰੇ ਗੱਲਾਂ ਨੂੰ ਵੀ ਪਹਿਲਾਂ ਵਾਲਿਆਂ ਨਾਲ ਉਵੇਂ ਇਕੁਏਟ ਨਹੀਂ ਕਰ ਸਕਦੇ, ਬੜਾ ਕੁਛ ਨਵਾਂ ਐਤਕੀ ਐਲੀਮੈਂਟ। ਹਾਂਜੀ, ਸੋ ਹੁਣ ਜੇ ਅੱਗੇ ਆਪਾਂ ਚੱਲੀਏ ਅਤੇ ਗੱਲ ਕਰੀਏ ਵੀ ਕਿਹਨਾਂ ਸੰਦਰਭਾਂ ਹੇਠਾਂ ਜਾਂ ਕਿਹਨਾਂ ਹਾਲਾਤਾਂ ਹੇਠਾਂ ਇਹ ਜਿਹੜਾ ਫੈਸਲਾ ਹੈਗਾ ਉਹ ਸੁਣਾਇਆ ਗਿਆ। ਸੋ ਜਿਵੇਂ ਕਿ ਆਪਾਂ ਬਹੁਤ ਜ਼ਿਆਦਾ ਇਸ ਜੋ ਤਨਖਾਹ ਲਾਉਣ ਵਾਲੀ ਜੋ ਪ੍ਰਕਿਰਿਆ ਹੈ ਇਹਦੀ ਬਹੁਤ ਥਾਂ 'ਤੇ ਚਰਚਾ ਵੀ ਹੋਈ ਹੈ, ਵੱਖ ਵੱਖ ਲੋਕਾਂ ਨੇ ਆਪਣੀ ਰਾਏ ਵੀ ਪੇਸ਼ ਕੀਤੀ ਹੈ ਅਤੇ ਆਪਣੀ ਵਿਆਖਿਆ ਕਰਦਿਆਂ ਹੋਇਆਂ ਉਹਨਾਂ ਨੇ ਮਿਸਾਲਾਂ ਵੀ ਸਾਹਮਣੇ ਲਿਆਂਦੀਆਂ ਨੇ ਵੀ ਮਹਾਰਾਜਾ ਰਣਜੀਤ ਸਿੰਘ ਤੋਂ ਲਾ ਕੇ ਅਤੇ ਸੁਰਜੀਤ ਸਿੰਘ ਬਰਨਾਲਾ ਅਤੇ ਜਗਦੇਵ ਸਿੰਘ ਤਲਵੰਡੀ, ਉਹਨਾਂ ਦੀ ਮਿਸਾਲਾਂ ਵੀ ਦਿੱਤੀਆਂ ਗਈਆਂ ਨੇ। ਪਰ ਜਿਵੇਂ ਆਪਾਂ ਦੇਖਦੇ ਹਾਂ ਵੀ ਜਿਹਨਾਂ ਜੋ ਸੰਦਰਭ ਹੈ ਜਾਂ ਜੋ ਪਿਛੋਕੜ ਬਣਦਾ ਹੈ ਇਸ ਜੋ ਤਨਖਾਹ ਲਾਉਣ ਦੀ ਜਿਹੜਾ ਸਾਰਾ ਜੋ ਵਰਤਾਰਾ ਰਿਹਾ, ਸੋ ਉਹ ਖੜਕੂ ਲਹਿਰ ਦੇ ਵਿੱਚ ਦੀ ਕੌਮ ਨਿਕਲ ਕੇ ਆਈ ਅਤੇ ਉਹ ਤੋਂ ਮਗਰੋਂ ਮੁਸਲਸਲ ਜਿਵੇਂ ਆਪ ਜੀ ਨੇ ਜ਼ਿਕਰ ਕੀਤਾ ਵੀ ਕੌਮ 'ਤੇ ਕੁਛ ਨਾ ਕੁਛ ਹਮਲੇ ਹੁੰਦੇ ਹੀ ਆਏ ਨੇ, ਅਤੇ ਜਿਹਨਾਂ ਦਾ ਐਂ ਕਹਿ ਲਓ ਵੀ ਚੱਲਦੇ ਚੱਲਦੇ ਵੀ ਇੱਥੋਂ ਤਾਂ ਹੀ ਗੱਲ ਆ ਗਈ ਬਈ ਗੁਰੂ ਸਾਹਿਬ ਦੀ ਬੇਅਦਬੀ, ਅਤੇ ਉਹ ਹਾਲੇ ਵੀ ਜਾ ਰਹੀ ਹੈ। ਅਤੇ ਸੋ ਇਹ ਸਾਰਾ ਜੇ
ਆਪਾਂ ਇਹ ਸਾਰੇ ਕਾਸੇ ਦੇ ਪਿਛੋਕੜ ਨੂੰ ਜੇ ਅਸਲ ਰੂਪ ਸਮਝਣਾ ਹੋਵੇ ਉਸ ਬਾਰੇ ਆਪ ਜੀ ਦਾ ਕੀ ਕਹਿਣਾ? ਨਹੀਂ, ਇਸ ਤੋਂ ਮੈਂ ਹਾਂ ਇਹ 'ਤੇ ਵੀ ਆਪਾਂ ਆਉਂਦੇ ਹਾਂ। ਇਸ ਤੋਂ ਪਹਿਲਾਂ ਇੱਕ ਹੋਰ ਅਹਿਮ ਪੱਖ ਹੈ ਜਿਹੜਾ ਮੈਂ ਕਿਹਾ ਨਾ ਵੀ ਜੋ 30 ਅਗਸਤ ਨੂੰ ਫੈਸਲਾ ਸੁਣਾਇਆ ਗਿਆ ਉਹ 'ਤੇ ਆਹ ਹਾਲਾਤ ਦਾ ਪਰਛਾਵ ਹੈ ਵੀ ਸੰਗਤਾਂ ਦੀ ਵੇਸ਼ਵਾਸ਼ੀ ਵੀ ਇਹ ਠੀਕ ਕਰ ਸਕਣਗੇ ਕਿ ਨਹੀਂ ਕਰ ਸਕਣਗੇ ਅਤੇ ਸੰਗਤਾਂ 'ਚ ਗੁੱਸਾ ਹੈ ਨਾ। ਹੁਣ ਉਹਦੇ ਵਿੱਚ ਹੋਇਆ ਕੀ ਲੱਗਦਾ ਕਿ ਜਥੇਦਾਰਾਂ 'ਤੇ ਵਾਕਈ ਪ੍ਰੈਸ਼ਰ ਸੀ ਕਿ ਕੋਈ ਸਖ਼ਤ ਫੈਸਲਾ ਨਹੀਂ ਹੋਣਾ ਚਾਹੀਦਾ। ਇਸ ਕਰਕੇ ਮਤਲਬ ਤੁਸੀਂ ਦੇਖੋ ਐਡੇ ਵੱਡੇ ਗੁਨਾਹ ਹੋਣ, ਐਡਾ ਸੀਰੀਅਸ ਮਸਲਾ ਹੋਵੇ ਅਤੇ ਸੁਖਬੀਰ ਸਿੰਘ ਬਾਦਲ ਨੇ ਇਹ ਵੀ ਲੋੜ ਮਹਿਸੂਸ ਨਹੀਂ ਕੀਤੀ ਵੀ ਪਹਿਲਾਂ ਅਸਤੀਫਾ ਤਾਂ ਦੇਈਏ ਪ੍ਰਧਾਨਗੀ ਤੋਂ, ਇੱਕ ਨਿਮਾਣੇ ਸਿੱਖ ਵਜੋਂ ਤਾਂ ਜਾਈਏ। ਅਤੇ ਉਹ ਕਦੋਂ ਦਿੱਤਾ ਅਸਤੀਫਾ? ਐਨ 29 ਨੂੰ, 30 ਨੂੰ ਪੇਸ਼ੀ ਸੀ ਅਤੇ 29 ਨੂੰ ਦਿੱਤਾ। ਹੁਣ ਇੰਨੇ ਦਿਨ ਲੇਟ ਹੋਣ ਦਾ ਕਾਰਨ ਕੀ ਹੈ? ਇਹਦਾ ਮਤਲਬ ਪਹਿਲਾਂ ਕੋਸ਼ਿਸ਼ਾਂ ਹੋਈਆਂ ਜਥੇਦਾਰਾਂ 'ਤੇ ਦਬਾਅ ਪਾਉਣ ਦੀਆਂ, ਇਹ ਤਾਂ ਹੋਊਗਾ ਹੀ ਪੱਕਾ ਹੀ, SGPC ਰਾਹੀਂ ਸਿੱਧੀਆਂ ਵੀ ਜੋ ਵੀ ਹੈ ਵੀ ਭਾਈ ਸਾਡੇ ਪਸੰਦ ਦਾ ਹੀ ਫੈਸਲਾ ਹੋਵੇ, ਉਹ ਦਬਾਅ ਪਾਉਣ ਦੇ ਯਤਨ ਹੋਏ ਲੱਗਦੇ ਹਨ। ਜੇ 29 ਨੂੰ ਜਾ ਕੇ ਉਹ ਅੱਧ ਮੰਨੇ ਚਿੱਤ ਨਾਲ ਅੱਧ ਪਚੱਦਾ ਜਾਂ ਅਸਤੀਫਾ ਦਿੰਦਾ, ਅਸਤੀਫਾ ਨਹੀਂ ਦਿੰਦਾ, ਪ੍ਰਧਾਨਗੀ ਕੋਲੇ ਹੈ ਵੀ ਇੱਕ ਵਰਕਿੰਗ ਪ੍ਰੈਜੀਡੈਂਟ ਲਾ ਦਿੰਦਾ, ਬਸ ਇੱਕ ਵਰਕਿੰਗ ਅਰੇਂਜਮੈਂਟ ਜਾ ਬਸ ਵੀ ਕੋਈ ਨਹੀਂ ਤੁਸੀਂ 2 ਦਿਨ ਲੰਘਾਓ ਅਤੇ ਮੈਂ ਉੱਥੋਂ ਮੁਕਤ ਹੋ ਕੇ ਆਇਆ ਲੈ, ਮਤਲਬ ਇਹ ਐਟੀਚਿਊਡ ਸਾਫ਼ ਦਿਸਦਾ। ਅਤੇ ਇਸ ਕਰਕੇ ਮਤਲਬ ਇਹ ਜਿਹੜੀ ਗੱਲ ਹੈ ਵੀ ਉਹ ਉਹਨੇ ਇੱਕ ਪ੍ਰੈਸ਼ਰ ਪਾਇਆ ਪਰ ਉਹ ਪ੍ਰੈਸ਼ਰ ਚੱਲਿਆ ਨਹੀਂ ਹੈ ਐਤਕੀ, ਜਾਂ ਉਸ ਹੱਦ ਤੱਕ ਨਹੀਂ ਚੱਲਿਆ। ਇਹ ਤਾਂ ਅਜੇ ਪਤਾ ਲੱਗੂ ਕਿੰਨਾ ਕੁ ਚੱਲ ਗਿਆ, ਕਿੰਨਾ ਕੁ ਹੈ ਅਜੇ, ਕਿਉਂਕਿ ਜੋ ਫੈਸਲਾ ਸੁਣਾਇਆ ਭਾਵੇਂ ਉਹ ਬੜੀ ਕਾਹਲੀ 'ਚ ਅਤੇ ਬੜੇ ਸੰਕੋਚਮੇ ਜੀ ਗੱਲ ਰੱਖੀ ਹੈ ਪਰ ਉਹ ਸਖ਼ਤ ਹੈ ਦੈਟ ਵੀ, ਮਤਲਬ ਇਹ ਗਲਤੀਆਂ ਦੀ ਥਾਂ ਗੁਨਾਹ ਸ਼ਬਦ ਵਰਤਣਾ ਬਹੁਤ ਵੱਡੀ ਗੱਲ ਹੈ। ਉਹ ਗੁਨਾਹਗਾਰ ਹੈ, ਐਂ ਨਹੀਂ ਵੀ ਉਹ ਤੋਂ ਕੋਈ ਗਲਤੀਆਂ ਹੋ ਗਈਆਂ ਜਾਣੇ ਅਣਜਾਣੇ 'ਚ, ਉਹਨੇ ਉਹਨੇ ਤੂੰ ਦੇਖੋ ਨਾ ਲਿਚਕ ਡਿੱਚੀਆਂ ਪਹਿਲਾਂ ਕਿੰਨੀਆਂ ਕੀਤੀਆਂ, ਮਤਲਬ ਮੈਥੋਂ ਜੇ ਜਾਣੇ ਅਣਜਾਣੇ 'ਚ ਹੋ ਗਈਆਂ ਹੋਣ ਕਿੰਨੀ ਵਾਰ, ਮਤਲਬ ਉਹਨੇ ਵੀ ਅਤੇ ਉਹਦੇ ਬਾਪ ਨੇ ਵੀ ਦੋਹਾਂ ਨੇ ਕਿੰਨੀ ਵਾਰ ਕਰ ਚੁੱਕੇ ਨੇ ਇਸ ਤਰ੍ਹਾਂ ਦਾ। ਫਿਰ ਉਹ ਇੱਕ ਪਖੰਡ ਜਿਹਾ ਕੀਤਾ ਵੀ ਅਕਾਲ ਤਖਤ ਦੇ ਉੱਧਰ ਪਾਸੇ ਖੂੰਜੇ ਜਿਹੇ 'ਚ ਇੱਕ ਇਕੱਠ ਕਰਕੇ ਉਹਨੂੰ ਕਹਿਤਾ ਅਕਾਲ ਤਖਤ 'ਤੇ ਜੀ ਮਾਫ਼ੀ ਮੰਗ ਲਈ, ਆਪ ਹੀ ਮਾਫ਼ੀ ਮੰਗ ਲਈ, ਆਪ ਹੀ ਕਿਸੇ ਦੇ ਸਾਹਮਣੇ ਨਹੀਂ ਖੜ੍ਹਾ ਹੋਇਆ, ਕਿਸੇ ਦੇ ਪੇਸ਼ ਨਹੀਂ ਹੋਇਆ, ਕੋਈ ਚਾਰਜ ਨਹੀਂ ਲੱਗੇ। ਇਹ ਸਾਰੀਆਂ ਚੂਲ ਚਲਾਕੀਆਂ ਉਹਨੇ ਬਹੁਤ ਕੀਤੀਆਂ, ਇਹ ਬਹੁਤ ਅਹਿਮ ਹੈ, ਇਹ ਇਹਦਾ ਅਖੀਰ ਤੱਕ ਅਸਰ ਪੈਣਾ ਹੈ ਜਾ ਕੇ ਜਦੋਂ ਅਸਲ ਗੱਲ ਅਜੇ ਗੱਲ ਮੁੱਕੀ ਥੋੜ੍ਹਾ ਹੈ, ਇਹਦਾ ਸ਼ੁਰੂਆਤ ਹੈ। ਮਤਲਬ ਉਹ ਇੰਨਾ ਵੀ ਨਹੀਂ ਸੀ ਚਾਹੁੰਦਾ। ਹੁਣ ਰੀਅਲ ਜਿਹੜਾ ਟੈਸਟ ਹੋਣਾ ਹੈ ਜਥੇਦਾਰਾਂ ਦਾ ਉਹ ਹੁਣ ਹੋਣਾ ਹੈ। ਤਨਖਾਹੀਆ ਕਰਾਰ ਦੇਤਾ ਇਹ ਤਾਂ ਗੱਲ ਠੀਕ ਹੈ, ਸ਼ਬਦ ਵੀ ਸਖ਼ਤ ਵਰਤ ਲਏ ਪਰ ਪ੍ਰੋਸੀਜਰ ਕੀ ਹੈ? ਆਮ ਤੌਰ 'ਤੇ ਐਂ ਕਦੇ ਨਹੀਂ ਹੁੰਦਾ ਵੀ ਮੈਥੋਂ ਗਲਤੀ ਹੋ ਗਈ ਜਾਂ ਤੇਥੋਂ ਗਲਤੀਆਂ ਹੋਈਆਂ, ਹਮੇਸ਼ਾ ਗਲਤੀਆਂ ਸਪੈਸੀਫਾਈ ਕੀਤੀਆਂ ਜਾਂਦੀਆਂ। ਠੋਸ ਕਿਹੜੀ? ਦੋਸ਼ ਠੋਸ ਲਾਏ ਜਾਂਦੇ ਨੇ, ਫਿਰ ਉਹਨਾਂ 'ਤੇ ਉਹਨੂੰ ਸਾਹਮਣੇ ਖੜ੍ਹਾ ਕਰਕੇ ਅਕਾਲ ਤਖ਼ਤ ਸਾਹਿਬ 'ਤੇ
ਗਲ 'ਚ ਪੱਲਾ ਪਾ ਕੇ ਖੜਾ ਹੁੰਦਾ ਹੱਥ ਜੋੜ ਕੇ। ਉੱਥੇ ਉਹਨੂੰ ਇੱਕ ਇੱਕ ਦੋਸ਼ ਉਹ ਸੁਣਾਇਆ ਜਾਂਦਾ, ਤੇਰੇ 'ਤੇ ਆਹ ਦੋਸ਼ ਹੈ, ਮੰਨਦਾ ਕਿ ਨਹੀਂ। ਉਹਨੂੰ ਹਾਂ ਜਾਂ ਨਾ 'ਚ ਉੱਥੇ ਜਿਰਾ ਨਹੀਂ ਕੋਈ ਹੋਣੀ ਵੀ ਉੱਥੇ ਕੋਈ ਆਪਣੀ ਸਫਾਈ ਦੇਵੇ, ਉੱਥੇ ਹਾਂ ਜਾਂ ਨਾ 'ਚ ਗੱਲ ਹੋ। ਇਸ ਕਰਕੇ ਤਾਂ ਜੇ ਸ਼ੁਰੂਆਤ ਹੈ, ਅਸਲ ਗੱਲ ਜਥੇਦਾਰ ਵੀ ਉੱਥੇ ਟੈਸਟ ਹੋਣਗੇ ਅਤੇ ਸੁਖਬੀਰ ਦਾ ਵੀ ਸਾਰਾ ਉੱਥੇ ਟੈਸਟ ਹੋਣਾ ਹੈ। ਜਦੋਂ ਉਹਨੂੰ ਸਪੈਸਿਫਿਕ ਗਲਤੀਆਂ ਉਹ ਬੜੀਆਂ ਅਹਿਮ ਨੇ, ਬੜੇ ਬੱਜਰ ਨੇ ਉਹ ਗੱਲਾਂ ਜਿਹੜੀਆਂ ਸਾਰੀਆਂ, ਉਹ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ। ਜਦੋਂ ਇਸ ਨਾ ਵੀ ਇਹ ਗਲਤੀ ਮੰਨਣ ਦਾ ਵੀ ਮੈਥੋਂ ਜਾਣੇ ਅਣਜਾਣੇ 'ਚ ਕੁਛ ਗਲਤੀਆਂ ਹੋ ਗਈਆਂ, ਠੋਸ ਮੰਨ ਵੀ ਮੇਰੇ ਇੰਨੀ ਮੱਤ ਮਾਰੀ ਗਈ, ਤਾਕਤ ਦਾ ਨਸ਼ਾ, ਦੌਲਤ ਦੀ, ਸਾਰਾ ਕੁਛ ਵੀ ਜਿਹਦੇ 'ਚੋਂ ਮੈਂ ਆਹ ਗੁਨਾਹ ਕਰ ਬੈਠਾ। ਉਦੋਂ ਵੀ ਆਪਾਂ ਗੱਲ ਕੀਤੀ ਸੀ ਤਾਂ ਕਿ ਆਉਣ ਵਾਲੀਆਂ ਨਸਲਾਂ ਵੀ ਸਿੱਖਣ ਤਾਂ ਸਹੀ ਕੁਛ, ਇਹ ਨਹੀਂ ਇਹਦੇ 'ਚ। ਇਹਦਾ ਕਾਰਨ ਆਪਣਾ ਰਮਨੀਕ ਸਿੰਘ ਇਹ ਹੈ, ਆਪਾਂ ਜਿਹੜੀਆਂ ਇੱਥੇ ਸਾਰੀਆਂ ਗੱਲਾਂ ਕਰ ਰਹੇ ਹਾਂ ਵੀ ਇਸ ਵਾਰ ਦੀ ਵਿਸ਼ੇਸ਼ਤਾ ਕੀ ਹੈ ਸਿਚੁਏਸ਼ਨ ਦੀ। ਇੱਕ ਵਿਸ਼ੇਸ਼ਤਾ ਇਹ ਹੈ ਕਿ ਇਸ ਤੋਂ ਪਹਿਲਾਂ ਜਿੰਨੇ ਵੀ ਦੋਸ਼ੀ ਅਕਾਲ ਤਖਤ ਸਾਹਮਣੇ ਕਦੇ ਪੇਸ਼ ਹੋਏ ਨੇ ਉਹ ਸਿੱਖ ਸਿਧਾਂਤਾਂ ਅਤੇ ਸਿੱਖ ਜੀਵਨ ਜਾਚ ਤੋਂ ਇੰਨੇ ਕੋਰਾ ਕੋਈ ਨਹੀਂ ਸੀ। ਉਹਨਾਂ ਨੂੰ ਪਤਾ ਹੁੰਦਾ ਸੀ ਸਿਧਾਂਤ ਕੀ ਕਹਿੰਦੇ ਨੇ ਅਤੇ ਸਿੱਖ ਜੀਵਨ ਜਾਚ ਕੀ ਕਹਿੰਦੀ ਹੈ, ਅਸੀਂ ਕਿਸ ਮਰਿਆਦਾ 'ਚ ਰਹਿ ਕੇ ਚੱਲਣਾ। ਉਹਦੇ 'ਚ ਉਹਨਾਂ ਤੋਂ ਕੁਤਾਈਆਂ ਹੋ ਜਾਂਦੀਆਂ ਸੀ, ਉਹ ਆਪਦੀ ਗਲਤੀ ਮੰਨ ਲੈਂਦੇ ਸੀ। ਇਹ ਰਮਨੀਕ ਸਿੰਘ ਪਹਿਲੀ ਵਾਰ ਹੋ ਰਿਹਾ ਵੀ ਜਿਹੜਾ ਮੇਨ ਦੋਸ਼ੀ ਹੈ ਪੇਸ਼ ਹੋ ਰਿਹਾ, ਜਿੱਥੇ ਚਾਰਜ ਲੱਗ ਰਹੇ ਨੇ ਉਹ ਸਿੱਖ ਸਿਧਾਂਤਾਂ ਤੋਂ ਅਤੇ ਸਿੱਖ ਜੀਵਨ ਜਾਚ ਤੋਂ ਟੋਟਲ ਕੋਰਾ ਹੈ, ਉਹਨੂੰ ਪਤਾ ਹੀ ਨਹੀਂ, ਉਹਦੀ ਪਰਵਰਿਸ਼ ਹੀ ਇਸ ਤਰ੍ਹਾਂ ਦੀ ਹੋਈ ਹੈ। ਉਹ ਤਾਂ ਇੱਕ MBA ਕੀਤੀ ਹੋਈ, ਉਹ ਤਾਂ ਬੰਦੇ ਨੇ ਬਿਜ਼ਨਸਮੈਨ ਆ ਉਹ, ਉਹਨੇ ਸਾਰੀ ਜਥੇਬੰਦੀ, ਸਾਰੀ ਸਿਆਸਤ, ਸਾਰੀ ਹਕੂਮਤ ਇਸ ਤਰ੍ਹਾਂ ਚਲਾਈ ਹੈ ਅਤੇ ਉਹਨੂੰ ਇਹ ਹੈ ਵੀ ਸਭ ਕੁਛ ਹੋ ਜਾਂਦਾ, ਤਾਕਤ ਅਤੇ ਦੌਲਤ ਚਾਹੀਦੀ ਆ ਹੱਥ 'ਚ ਸਾਰੇ ਫੈਸਲੇ। ਸੋ ਪਹਿਲੇ ਜਿੰਨੇ ਵੀ ਬੰਦੇ ਆਏ, ਕੋਈ ਲਾਲਾ ਕਰਤਾਰ ਸਿੰਘ ਬੇਦੀ ਤੋਂ ਲੈ ਕੇ ਅਤੇ ਆਪਣੇ ਮਸ਼ਤਾਰਾ ਸਿੰਘ, ਸੰਤ ਫਤਿਹ ਸਿੰਘ, ਬਰਨਾਲਾ, ਬੂਟਾ ਸਿੰਘ ਵੀ, ਉਹਨਾਂ ਨੂੰ ਇੱਥੇ ਆ ਕੇ ਗੁਰੂ ਘਰ ਦੇ ਅਤੇ ਦਰਬਾਰ ਸਾਹਿਬ ਪਹੁੰਚ ਕੇ ਗੁਰੂ ਦਾ ਭੈ ਹੁੰਦਾ ਸੀ, ਭਾਵੇਂ ਉਹਦਾ ਸਾਹਸ ਥੋੜ੍ਹਾ ਚਿਰ ਰਹੇ। ਇਹਦੀ ਤਾਂ ਤੁਸੀਂ ਬੋਡੀ ਲੈਂਗੁਏਜ ਦੇਖੋ, ਜਦੋਂ ਵੀ ਜਾਂਦਾ ਉੱਥੇ ਇਹਦੀ ਤੌਰ ਦੇਖੋ, ਸਾਰੀ ਬੋਡੀ ਲੈਂਗੁਏਜ ਦੇਖੋ, ਮਤਲਬ ਹੁਣ ਵੀ ਜਿਵੇਂ ਇਹ ਗਿਆ ਕੱਤੀ ਨੂੰ, ਪਹਿਲਾਂ ਕਿੰਨੀ ਕਾਹਲੀ ਵੀ ਛੇਤੀ ਨਿਬੇੜੋ ਯਾਰ, ਮੇਰਾ ਗਿੱਦੜ ਵਜੇ ਵਾਲਾ ਕੰਮ ਲੇਟ ਹੋਈ ਜਾਂਦਾ ਹੈ ਨਾ, ਐਡੀ ਕੀ ਕਾਹਲੀ ਵੀ 30 ਨੂੰ ਫੈਸਲਾ ਸੁਣਾਇਆ, 31 ਨੂੰ ਲਓ ਜੀ ਚੱਕੋ ਸਪਸ਼ਟੀਕਰਨ, ਛੇਤੀ ਨਿਬੇੜੋ ਮੇਰਾ ਮਾਮਲਾ। ਉਹ ਚੱਲ ਰਿਹਾ ਕਸ਼ਮਕਸ਼, ਪ੍ਰੈਸ਼ਰ ਅਜੇ ਵੀ ਪੈ ਰਿਹਾ ਅਤੇ ਉਹ ਅਨੇਕਾਂ SGPC ਦੇ ਅਫਸਰ ਵਾਲ ਉਹ ਅਪੁਆਇੰਟੀ ਹੈਗੇ ਆ, ਅਤੇ ਫਿਰ ਇਹ ਹੈ ਵੀ ਕੀ ਉਹ ਨਿਹਾਂ ਕਰ ਸਕਣਗੇ, ਇਹ ਵੱਡਾ ਸਵਾਲ ਖੜ੍ਹਾ ਹੋਇਆ। ਸੰਗਤਾਂ ਨੂੰ ਵਿਸ਼ਵਾਸ ਨਹੀਂ, ਪਰ ਨਾਲ ਦਬਾਅ ਵੀ ਬਣਾ ਕੇ ਰੱਖਿਆ ਹੋਇਆ ਹੈ। ਸੋ ਇਸ ਕਰਕੇ ਇੱਕ ਬੜੀ ਅਨਿਸ਼ਚਿਤ ਜਿਹੀ ਸਿਚੁਏਸ਼ਨ ਹੈ, ਜਿਹਦੇ 'ਚ ਦੋਵੇਂ ਸੁਭਾਵਨਾਵਾਂ ਪਈਆਂ।
ਵੀ ਜੇ ਉੱਧਰਲਾ ਜ਼ਿਆਦਾ ਦਬਾਅ ਮੰਨ ਗਏ, ਇੰਨੇ ਕਮਜ਼ੋਰ ਨਿਕਲ ਗਏ, ਆਪ ਹੀ ਗੁਰੂ ਦੇ ਭੈ ਤੋਂ ਪਾਸੇ ਹੋ ਗਏ, ਜਿਹਨਾਂ ਨੂੰ ਸਭ ਕੁਛ ਪਤਾ ਹੈ, ਉਹਨਾਂ ਨੂੰ ਤਾਂ ਪਤਾ ਸਿੱਖ ਸਿਧਾਂਤ ਕੀ ਹੈ, ਸਿੱਖ ਜੀਵਨ ਜਾਂਚ ਕੀ ਹੈ, ਪਰ ਬੰਦਾ ਕਮਜ਼ੋਰੀ 'ਚ ਸਭ ਕੁਛ ਕਰ ਜਾਂਦਾ। ਅਤੇ ਫਿਰ ਤਾਂ ਉਹ ਸਮਝ ਲਓ ਵੀ ਵੱਡੀ ਇੱਕ ਗੜਬੜ ਪੰਥ ਦੇ ਵਿੱਚ ਹੋ ਜੂਗੀ, ਸਭ ਕੁਛ ਤੋਂ ਬਾਗੀ ਹੋਣਗੇ ਲੋਕ। ਮਤਲਬ ਐਤਕੀਆਂ ਭੱਜਣ ਨੂੰ ਰਾਹ ਖੁੱਲ੍ਹਾ ਨਹੀਂ ਕਿਸੇ ਨੂੰ, ਅਤੇ ਜੇ ਕਿਤੇ ਉਹਨਾਂ ਦੇ ਅੰਦਰ ਜਾਗ ਪਈ, ਮਤਲਬ ਸਿਚੁਏਸ਼ਨ ਇਹ ਹੈ, ਜੇ ਇੱਕ ਜਥੇਦਾਰ ਵੀ ਫੈਸਲਾ ਲੈ ਗਏ ਸਖ਼ਤ ਸਟੈਂਡ, ਇੱਕ ਵੀ, ਉਹ ਹਾਲਾਤ ਪਲਟ ਸਕਦਾ। ਐਡੀ ਵੋਲੇਟਾਈਲ, ਐਡੀ ਪ੍ਰੈਗਨੈਂਟ ਜਿਹਨੂੰ ਕਹਿੰਦੇ ਨਾ ਸਿਚੁਏਸ਼ਨ, ਵੀ ਇਹਦੇ 'ਚ ਇਹੋ ਜਿਹਾ ਕੁਛ ਪਿਆ ਹੈ। ਕਈ ਵਾਰ ਜਿਵੇਂ ਖੋਟੇ ਸਿੱਕੇ ਚੱਲ ਜਾਂਦੇ ਆ, ਹਾਲਾਤ ਇਹੋ ਜਿਹੇ ਹੁੰਦੇ ਆ, ਸੋ ਜੇ ਇੱਕ ਜਥੇਦਾਰ ਵੀ ਕਿਤੇ ਕਰ ਗਿਆ ਵੀ ਦੇਖੀ ਜਾਊ ਜੋ ਬਣੂ ਯਾਰ ਕੇਰਾਂ ਹੋ ਸਾਰੇ ਆਪਦੇ ਕਲੰਕ ਧੋਈਏ, ਜਾਗ ਪਿਓ ਉਹਦੇ ਅੰਦਰ ਕੁਛ, ਬੜਾ ਔਖਾ ਹੈ। ਦੋ ਪ੍ਰੈਸ਼ਰ ਨਾ ਆਪਾਂ ਨੂੰ, ਇੱਕ ਨਹੀਂ ਇਹ, ਇੱਕ SGPC ਜਾਂ ਅਕਾਲੀ ਦਲ ਦਾ, ਦੂਜਾ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਜਥੇਦਾਰ ਜਿਹੜੇ ਨੇ ਉਹ ਸੈਂਟਰ ਦੀਆਂ ਏਜੰਸੀਆਂ ਦੇ ਕਿੱਡਾ ਪ੍ਰਭਾਵ ਹੇਠ ਕਿੱਡੇ ਘੇਰੇ ਪਏ ਹੋਏ ਆ, ਜਿੱਥੇ ਉਹਨਾਂ ਬੈਠੇ ਰਹਿੰਦੇ ਨੇ ਉਹ ਤਾਂ ਮਤਲਬ ਵੀ ਇੰਟੈਲੀਜੈਂਸ ਅਫਸਰਾਂ ਨਾਲ ਸ਼ਰਿਆਂ ਮੀਟਿੰਗਾਂ, ਕੋਈ ਸੰਗ ਸ਼ਰਮ ਹੀ ਨਹੀਂ, ਮਤਲਬ ਕੋਈ ਇਸ ਗੱਲ ਦਾ ਉਹਨਾਂ ਨੂੰ ਉਹ ਵੀ ਨਹੀਂ ਲੱਗਦਾ ਵੀ ਇਹ 'ਚ ਕੀ ਹੋ ਗਿਆ। ਫਿਰ ਸਿਕਿਉਰਟੀਆਂ ਲੈਣੀਆਂ, ਇਹ ਤਾਂ ਪਹਿਲੀ ਵਾਰ ਹੋਇਆ। ਸੋ ਦੋਵੇਂ ਗੱਲਾਂ ਪਈਆਂ, ਸਟੇਕ ਬਹੁਤ ਕੁਛ ਦਾਅ 'ਤੇ ਲੱਗਿਆ ਪਿਆ। ਸੋ ਉਹਨਾਂ ਸਾਹਮਣੇ ਇਹ ਹੈ ਵੀ ਜਾਂ ਤਾਂ ਵਾਹਵਾ ਵਾਹਵਾ ਖੱਟ ਜਸ ਕੱਟ ਕੇ ਜਾਣਗੇ, ਅਤੇ ਜਾਂ ਬਿਲਕੁਲ ਹੀ ਇਹ ਕਹਿ ਲਓ ਬਦਨਾਮੀ ਸਦਾ ਵਾਸਤੇ। ਸੋ ਬੜੀ ਕਰੂਸ਼ੀਅਲ ਸਿਚੁਏਸ਼ਨ ਆਈ ਪਈ ਹੈ। ਸੋ ਇਹ ਪੱਖ ਜਿਹੜੇ ਨਾ, ਤਾਂ ਉਹ ਜਿਹੜੇ ਬੰਦੇ ਸੀ ਨਾ, ਪਹਿਲੇ ਬੰਦੇ, ਉਹ ਸਮਰਪਣ ਦੀ ਭਾਵਨਾ ਨਾਲ ਉੱਥੇ ਜਾਂਦੇ ਸੀ। ਇਹ ਸੁਖਵੀਰ ਇਸ ਤਰ੍ਹਾਂ ਦਾ ਅਜੇ ਤੱਕ ਉਹਦੇ 'ਚੋਂ ਕੁਛ ਨਹੀਂ ਦਿਸ ਰਿਹਾ। ਅਤੇ ਜਿਹੜੀ ਸਜ਼ਾ ਵੀ ਸੁਣਾਈ ਜਾਂਦੀ ਹੈ, ਉਹਦੀ ਅਸਲ ਸਪਿਰਿਟ ਕੀ ਹੈ ਵੀ ਯਾਰ ਉਹਦੇ ਅੰਦਰ ਜਾਗੇ ਕੁਛ, ਨਰਮਲ ਹੋਵੇ ਉਹ, ਮਲੀਨਤਾ ਜਿਹੜੀ ਆਤਮਾ 'ਤੇ ਮਨ 'ਤੇ ਚੜ੍ਹੀ ਪਈ ਹੈ ਉਹ ਦੂਰ ਹੋਵੇ। ਗੱਲ ਤਾਂ ਸੁਧਾਰਨ ਦਾ ਹੀ ਹੈ ਨਾ ਸਜ਼ਾ ਦਾ ਮਤਲਬ। ਹੁਣ ਤਾਂ ਦੁਨਿਆਵੀ ਕੋਰਟਾਂ ਵੀ ਇਹੀ ਕਹਿੰਦੀਆਂ ਵੀ ਸਜ਼ਾ ਦੇਣ ਦਾ ਮਤਲਬ ਬੰਦੇ ਨੂੰ ਸੁਧਾਰਨਾ ਹੈ। ਸੋ ਇੱਥੇ ਤਾਂ ਖਾਸ ਕਰਕੇ, ਸੋ ਵੀ ਉਹਦੇ 'ਚ ਜਦੋਂ ਆਪਾਂ ਕਹਿੰਦੇ ਨੇ ਵੀ ਭਾਂਡੇ ਮਾਂਜਣੇ, ਬਰਤਨ ਸਾਫ਼ ਕਰਨੇ, ਜਾਂ ਬੂਟ ਸਾਫ਼ ਕਰਨੇ, ਜਾਂ ਸਫਾਈ ਕਰਨੀ, ਜਾਂ ਪਾਠ ਕਰਨਾ, ਵੀ ਥੋੜ੍ਹਾ ਕਿਤੇ ਉਹ ਗੁਰਬਾਣੀ ਨਾਲ ਜੁੜੂ ਬੰਦਾ, ਗੁਰੂ ਨਾਲ ਜੁੜੂ, ਕਿਤੇ ਸੁਰਤੋਂ ਦੀ ਜੁੜੂਗੀ ਗੁਰੂ ਨਾਲ, ਤਾਂ ਉਹ ਥੋੜ੍ਹੀ ਉਹਦੀ ਆਤਮਾ ਸਾਫ਼ ਹੋਊਗੀ। ਇਹ ਜਿਹੜੇ ਹੈਗੇ ਆ ਐਤਕੀ ਦੋਸ਼ੀ ਲਾਣਾ, ਇੱਕ ਤਾਂ ਆਪਾਂ ਇਹ ਗੱਲ ਵਾਰ ਵਾਰ ਮਤਲਬ ਸਾਫ਼ ਹੋਣੀ ਚਾਹੀਦੀ ਹੈ, ਸੁਖਵੀਰ ਇਕੱਲਾ ਨਹੀਂ, ਟੋਟਲ। ਇਸ ਕਰਕੇ ਲੋਕਾਂ ਦੀ ਸੰਗਤ ਦੀ ਭਾਵਨਾ ਵੀ ਇਹ ਹੈ ਵੀ ਸਾਰਿਆਂ ਨੂੰ ਸਜਾਵਾਂ ਮਿਸਾਲੀ ਅਤੇ ਸਖ਼ਤ। ਇਹ ਗੱਲ ਹੁਣ ਜਿਹੜੀ ਤੁਸੀਂ ਅੱਗੇ ਗੱਲ ਕੀਤੀ ਹੈ ਉਹ ਤੁਸੀਂ ਇੱਕ ਵਾਰ ਫਿਰ ਮੈਨੂੰ ਥੋੜ੍ਹਾ ਰੀਫਰੈਸ਼ ਕਰੋ। ਸੋ ਸਿਰਫ ਆਪ ਜੀ ਨੂੰ ਆਹੀ ਪੁੱਛਣਾ ਕੀਤਾ ਸੀਗਾ ਵੀ ਜਿਵੇਂ
ਜਿੰਨੇ ਵੀ ਪਹਿਲਾਂ ਜਿਹੜੇ ਦੋਸ਼ੀ ਨੇ ਜਾਂ ਗੁਨਾਹਗਾਰ ਨੇ ਜਿਹੜੇ ਅਕਾਲ ਤਖਤ ਸਾਹਿਬ ਮੂਹਰੇ ਪੇਸ਼ ਹੁੰਦੇ ਆਏ ਨੇ, ਸੋ ਆਪਾਂ ਮਹਾਰਾਜਾ ਰਣਜੀਤ ਸਿੰਘ ਤੋਂ ਲਾ ਕੇ ਜੇ ਸ਼ੁਰੂ ਕਰੀਏ ਤਾਂ ਫਿਰ ਸੁਰਜੀਤ ਸਿੰਘ ਬਰਨਾਲਾ ਅਤੇ ਜਗਦੀਪ ਸਿੰਘ ਤਲਵੰਡੀ ਅਤੇ ਇਹਨਾਂ ਲੋਕਾਂ ਦੀ ਮਿਸਾਲ ਸਾਹਮਣੇ ਆਉਂਦੀ ਹੈ। ਸੋ ਜਿਵੇਂ ਹਰੇਕ ਸਥਿਤੀ ਆਪਣੇ ਆਪ ਦੇ ਵਿੱਚ ਨਿਵੇਕਲੀ ਹੋਈ ਰਹੀ ਹੈ, ਅਤੇ ਹੁਣ ਜਿਹੜਾ ਆਪ ਜੀ ਨੇ ਆ ਸਾਰਾ ਕੁਛ ਬਿਆਨ ਕੀਤਾ, ਸੋ ਇਹਨੂੰ ਆਪਾਂ ਇਹਦੇ ਜੇ ਪਿਛੋਕੜ 'ਚ ਜਾਈਏ, ਜੇ ਮੌਜੂਦਾ ਜੋ ਹਾਲਾਤ ਬਣੇ ਨੇ, ਸੋ ਇਹਨਾਂ ਦੇ ਆਪਾਂ ਜਦੋਂ ਪਿਛੋਕੜ 'ਚ ਜਾਂਦੇ ਹਾਂ ਵੀ ਪਿੱਛੇ ਇਹ ਜਿਹੜਾ ਸਾਰਾ ਕੁਛ ਹੁੰਦਾ ਆਇਆ, ਹਾਂ, ਜੋ ਵਰਤਾਰਾ ਵਾਪਰ ਰਿਹਾ ਇਹ ਕਿਸ ਬੈਕਡਰੋਪ 'ਚ ਹੋ ਰਿਹਾ? ਬਿਲਕੁਲ, ਇਹ ਬਹੁਤ ਅਹਿਮ ਹੈ ਜੀ। ਦੇਖੋ, ਬੈਕਡਰੋਪ ਇਹ ਹੈ ਵੀ ਇਹ ਸਭ ਕੁਛ ਜੋ ਵਾਪਰ ਰਿਹਾ ਉਹ 84 ਤੋਂ ਬਾਅਦ ਸਾਰੇ ਕੁਛ ਪਿੱਛੇ 1984 ਖੜ੍ਹਾ ਹੈ। 1984 ਦਾ ਮਤਲਬ ਧਰਮ ਯੁੱਧ ਮੋਰਚੇ ਦੌਰਾਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਇੱਕ ਵੱਖਰੀ ਵਿਚਾਰਧਾਰਾ ਲੈ ਕੇ ਆਉਣਾ, ਜਿਹਦੇ 'ਚ ਕੌਮੀ ਆਜ਼ਾਦੀ ਦੀ ਗੱਲ 'ਤੇ ਇੰਨਾ ਜ਼ੋਰ ਦੇਣਾ, ਉਹ ਚੇਤਨਤਾ ਲੈ ਕੇ ਆਉਣੀ ਵੀ ਅਸੀਂ ਗੁਲਾਮ ਹਾਂ ਅਤੇ ਗੁਲਾਮੀ ਦਾ ਜੂੜਾ ਗਲੋਂ ਲਾਉਣਾ, ਇਹ ਬਹੁਤ ਵੱਡੀ ਗੱਲ ਸੀਗੀ। ਇੱਕ ਤਾਂ ਕੌਮ ਉਸ ਅਮਲ 'ਚੋਂ ਲੰਘ ਚੁੱਕੀ ਹੈ, ਫਿਰ ਸੰਤਾਂ ਨੇ ਜੋ ਕਿਹਾ ਟੋਟਲ ਨਿਭਾਇਆ, ਇਹ ਵੀ ਬੜੇ ਚਿਰ ਬਾਅਦ ਹੋਇਆ ਕੌਮ ਨੇ ਵੀ ਸਾਡਾ ਆਗੂ ਜੋ ਕਹਿੰਦਾ ਯਾਰ ਉੱਥੇ ਪਹਿਰਾ ਸਿਰ ਦੇ ਕੇ ਪਹਿਰਾ ਦਿੱਤਾ ਉੱਥੇ। ਸੋ ਸੰਤਾਂ ਦਾ ਉੱਭਰਨਾ, ਸੰਤਾਂ ਦਾ ਉਹ ਕੌਮੀ ਆਜ਼ਾਦੀ ਦੀ ਗੱਲ ਲੈ ਕੇ ਆਉਣਾ, ਫਿਰ ਉਹਦੇ ਵਾਸਤੇ ਸ਼ਹੀਦ ਹੋ ਜਾਣਾ, ਦਰਬਾਰ ਸਾਹਿਬ 'ਤੇ ਫੌਜੀ ਹਮਲਾ, ਕਿੱਡਾ ਕਹਿਰਵਾਨ। ਉਸ ਤੋਂ ਬਾਅਦ ਮਤਲਬ ਦਸੰਬਰ ਦੇ ਵਿੱਚ ਜਾ ਕੇ ਸਿੱਖਾਂ ਦੀ 18ਵੀਂ ਸਦੀ ਤੋਂ ਬਾਅਦ ਪਹਿਲੀ ਵਾਰ ਸਟੇਟ ਸਪੋਂਸਰਡ ਨਸਲਕੁਸ਼ੀ। ਜ਼ੁਲਮ ਤਾਂ ਬੜੇ ਹੁੰਦੇ, ਗੁਰੂ ਕੇ ਬਾਗ ਦਾ ਮੋਰਚਾ, ਨਨਕਾਣਾ ਸਾਹਿਬ ਦਾ ਮੋਰਚਾ, ਉਹ ਸੀਗੇ ਜ਼ੁਲਮ, ਅੱਤ ਦਰਜੇ ਦੇ ਜ਼ੁਲਮ, ਜੈਤੋਂ ਦਾ ਮੋਰਚਾ, ਜੋ ਵੀ ਸੀਗੇ, ਇਹ ਜਿਹੜੀ ਸਿੱਖਾਂ ਦੀ ਸਟੇਟ ਸਪੋਂਸਰਡ ਨਸਲਕੁਸ਼ੀ, ਇਹ ਪਹਿਲੀ ਵਾਰ ਹੋਈ। ਉਹਦੇ 'ਚੋਂ ਕੌਮ ਲੰਘ ਚੁੱਕੀ ਹੈ। ਉਦੋਂ ਬਾਅਦ ਖਾੜਕੂ ਲਹਿਰ, ਉਹ 'ਚ ਦੋ ਗੱਲਾਂ, 18ਵੀਂ ਸਦੀ ਵਾਲੇ ਜ਼ੁਲਮ ਮੁੜ ਦੁਹਰਾਏ ਗਏ ਅਤੇ 18ਵੀਂ ਸਦੀ ਵਾਲੀ ਲੜਾਕੂ ਸਪਿਰਿਟ, ਜੰਗਜੂ ਸਪਿਰਿਟ, ਉਹ ਵੀ ਸੂਰਮਿਆਂ ਨੇ ਜਿਹੜੇ ਕਾੜਕੂ ਸੀਗੇ ਉਹਨਾਂ ਨੇ ਉਹ ਸਪਿਰਿਟ ਦੇ ਵਿੱਚ ਲਕਾਰੇ ਦੇ ਤੀ। ਉਸ ਤੋਂ ਬਾਅਦ ਫਿਰ ਜਦੋਂ ਬਾਦਲ ਦਾ ਆਉਣਾ ਅਤੇ ਸਿੱਖ ਮਸਲਿਆਂ ਤੋਂ, ਸਿੱਖ ਕਾਜ ਤੋਂ ਬੇਮੁੱਖ ਹੋ ਕੇ ਟੋਟਲ ਆਪਦੇ ਨਿੱਜੀ ਗਰਜਾਂ ਲਈ ਰਾਜ ਕਰਨਾ, ਅਤੇ ਜਿਹਦੇ ਵਿੱਚੋਂ ਫਿਰ ਉਹ ਵਰਤਾਰਾ ਵਾਪਰਿਆ ਸੌਦਾ ਸਾਧ ਵਾਲਾ, ਸਰਸੇ ਵਾਲੇ ਵਾਲਾ, ਉਹਦੇ 'ਚੋਂ ਕੌਮ ਨਿਕਲੀ ਹੈ, ਕਿੱਡਾ ਵੱਡਾ ਰੋਹ ਉੱਠਿਆ ਉਹ। ਉਸ ਤੋਂ ਬਾਅਦ ਆਪਣਾ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਜਦੋਂ ਫਾਂਸੀ ਦੀ ਸਜ਼ਾ ਤੈਅ ਹੋਈ, ਜਿੱਥੇ ਨਵਾਂ ਯੂਥ ਜਿਹੜਾ 84 ਤੋਂ ਬਾਅਦ ਵਾਲਾ ਉਹ ਪਹਿਲੀ ਵਾਰ ਸੜਕਾਂ 'ਤੇ ਆਇਆ ਇੱਕ ਐਂ ਵੱਡੇ ਉਭਾਰ ਦੇ ਰੂਪ ਵਿੱਚ, ਫਿਰ ਬੇਅਦਬੀਆਂ ਦਾ ਮਾਮਲਾ, ਉਹਦੇ ਵਿੱਚੋਂ ਕੌਮ ਨਿਕਲੀ ਹੈ। ਫਿਰ ਕਿਸਾਨ ਅੰਦੋਲਨ, ਅਤੇ ਕਿਸਾਨ ਅੰਦੋਲਨ 'ਚ ਜਿਸ ਕਿਸਮ ਦਾ ਸਿੱਖ ਤਾਕਤ ਜਾਂ ਸਿੱਖ ਸਪਿਰਿਟ ਦਾ ਮੁਜ਼ਾਹਰਾ ਹੋਇਆ, ਮਤਲਬ ਸੇਵਾ ਤੋਂ ਲੈ ਕੇ ਕੁਰਬਾਨੀ ਤੱਕ, ਸੰਘਰਸ਼ ਤੋਂ ਲੈ ਕੇ ਬਿਰਤਾਂਤ ਤੱਕ, ਉਹਦੇ 'ਚੋਂ ਵੀ ਕੌਮ ਨਿਕਲ ਚੁੱਕੀ ਹੈ, ਜਿਹ 'ਚੋਂ ਫਿਰ ਦੀਪ ਸਿੱਧੂ ਇੱਕ ਨਾਇਕ ਦੇ ਤੌਰ 'ਤੇ ਉੱਭਰ ਕੇ ਸਾਹਮਣੇ ਆਇਆ ਕੌਮ ਵਾਸਤੇ, ਇੱਕ ਕੌਮੀ ਨਾਇਕ ਦੇ ਤੌਰ 'ਤੇ। ਸੋ ਉਹਦਾ ਉਸ 'ਚੋਂ ਵੀ ਕੌਮ ਨਿਕਲ ਚੁੱਕੀ ਹੈ। ਫਿਰ ਦੀਪ ਸਿੱਧੂ ਤੋਂ ਬਾਅਦ ਇੱਕਦਮ
ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਆਉਂਦਾ ਹੈ, ਉਹ ਥੋੜ੍ਹ ਚਿਰਾ ਝਲਕਾਰਾ ਦੇਖੋ, ਖਾਲਸਾ ਬਹੀਰ ਅੰਮ੍ਰਿਤ ਸੰਚਾਰ ਅਤੇ ਨਸ਼ਿਆਂ ਵਿਰੁੱਧ ਜੋ ਵੀ ਹੈ ਇੱਕ ਕਿੱਡਾ ਵੱਡਾ ਉਭਾਰ ਅਤੇ ਬਹਿਣ ਤੁਰ ਪਿਆ ਕੌਮ ਦਾ। ਉਸ ਤੋਂ ਬਾਅਦ ਉਹਦੀ ਜਿਵੇਂ ਨਜ਼ਰਬੰਦੀ ਦਿਬਰੂਗੜ੍ਹ ਭੇਜ ਦਿੱਤਾ ਜਾਂਦਾ ਹੈ, ਜਿੱਡਾ ਫਿਰ ਰਿਪਰੈਸ਼ਨ ਹੁੰਦਾ ਹੈ ਉਸ ਧਿਰ ਦੇ ਉੱਤੇ ਹੁੰਦਾ, ਉਹ ਕਿੱਡੀ ਵੱਡੀ ਪੱਧਰ 'ਤੇ ਬੰਦਿਆਂ ਨੂੰ ਫੜ ਕੇ ਜੇਲ੍ਹਾਂ 'ਚ ਸੁੱਟਿਆ ਗਿਆ ਹੈ। ਫਿਰ ਉਹ ਜੇਲ੍ਹ 'ਚੋਂ ਖੜ੍ਹਾ ਇੱਕ ਮਤਲਬ ਵੋਟਾਂ 'ਚ ਖੜ੍ਹਾ ਹੋ ਜਾਂਦਾ। ਚਲ ਉਹ ਇੱਕ ਗੱਲ ਵੱਖਰੀ ਆ, ਹੋਰ ਵੀ ਉਹ ਪੈਂਤਰਾ ਠੀਕ ਆ ਜਾਂ ਗਲਤ, ਪਰ ਏਡੀ ਵੱਡੀ ਜਿੱਤ ਹਾਸਲ ਕਰਨੀ, ਸਭ ਤੋਂ ਵੱਧ ਵੋਟ ਲੈ ਕੇ ਪੰਜਾਬ 'ਚ, ਜਿਹਨੂੰ ਦੋਸ਼ੀ ਕਹਿ ਰਹੇ, ਏਡਾ ਵੱਡਾ ਖਤਰਨਾਕ ਦੋਸ਼ੀ ਕੌਮ ਨੂੰ ਆਪਦਾ ਆਗੂ ਕਹਿ ਰਹੀ ਹੈ, ਨਾਇਕ ਮੰਨ ਰਹੀ ਹੈ ਉਹਨੂੰ ਵੀ। ਸੋ ਇਹ ਸਾਰੀਆਂ ਗੱਲਾਂ ਪਈਆਂ ਜਿਹਦੇ 'ਚ ਕੌਮ 'ਚ ਇੱਕ ਜੇਤੂ ਰੌਂ ਵੀ ਉਹਦੀ ਜਿੱਤ ਨਾਲ ਇਹ ਆਇਆ ਕੌਮ ਦੇ ਵਿੱਚ, ਜਿਵੇਂ ਵੀ ਹੋਈ ਜਿਹੋ ਜਿਹੀਆਂ ਹਾਲਤਾਂ 'ਚ ਵੀ ਹੋਈ, ਇੰਨੀ ਡੈਸਪੋਡੈਂਸੀ ਨਹੀਂ ਹੁਣ ਕੌਮ 'ਚ। ਸੋ ਗੁੱਸਾ ਵੀ ਹੈ, ਰੋਹ ਵੀ ਹੈ, ਅਤੇ ਇੱਕ ਜੇਤੂ ਰੌਂ ਵੀ ਹੈ ਇੱਕ, ਵੀ ਅਸੀਂ ਕਰ ਲਾਂਗੇ ਸਭ ਕੁਛ ਸੈੱਟ, ਇੱਕ ਉਮੀਦ ਵੀ ਦਿਖਦੀ ਹੈ। ਸੋ ਇਹਦੇ 'ਚ ਭੱਜਣ ਨੂੰ ਰਾਹ ਨਾ ਜਥੇਦਾਰਾਂ ਨੂੰ, ਨਾ ਐਸ ਜੀ ਪੀ ਸੀ ਨੂੰ, ਨਾ ਅਕਾਲੀ ਆਗੂਆਂ ਨੂੰ। ਹਾਲਤ ਬਿਲਕੁਲ ਉਹ ਪਹਿਲਾਂ ਵਾਲੀ ਨਹੀਂ ਵੀ ਜਿਵੇਂ ਮਰਜ਼ੀ ਜਦ ਤੁਸੀਂ ਠੰਡਾ ਜਿਹਾ ਖਿੜਕ ਕੇ ਫਿਰ ਕੁਛ ਕਰ ਲਓ, ਇਹ ਹੈ ਜੀ। ਸੋ ਜਿਵੇਂ ਆਪ ਜੀ ਨੇ ਬਿਆਨ ਕੀਤਾ ਵੀ ਇਸ ਮੌਕੇ ਭਾਵਾਂ ਉਹ ਜਥੇਦਾਰ ਸਾਹਿਬਾਨ ਹੋਣ, ਭਾਵਾਂ ਉਹ ਸੁਖਬੀਰ ਬਾਦਲ ਦਾ ਲਾਣਾ ਹੋਵੇ, ਸਾਰੇ ਜਕੜੇ ਜਿਹੇ ਮਹਿਸੂਸ ਕਰ ਰਹੇ ਨੇ। ਪਰ ਜੇ ਫਰਜ਼ ਕਰ ਲਓ, ਹੁਣ ਤਨਖਾਹ ਤਾਂ ਸੁਣਾਈ ਗਈ ਹੈ, ਹੁਣ ਤਾਂ ਸਿਰਫ ਇਹੀ ਬਾਕੀ ਹੈ ਵੀ ਸਜ਼ਾ ਕੀ ਸੁਣਾਈ ਜਾਂਦੀ ਹੈ ਅਤੇ ਕਿਵੇਂ ਉਸ ਦਾ ਨਿਪਟਾਰਾ ਹੁੰਦਾ, ਪਰ ਇਹ ਸਾਰੇ ਕਾਸੇ ਦਾ ਹੁਣ ਚੱਲਦੇ ਚੱਲਦੇ ਜੇ ਆਪ ਜੀ ਤੋਂ ਪੁੱਛੀਏ ਵੀ ਜੋ ਆਉਣ ਵਾਲੀ ਪੰਥਕ ਸਿਆਸਤ ਹੈ ਅਤੇ ਜੋ ਪੰਜਾਬ ਦੀ ਸਿਆਸਤ ਹੈ, ਉਸ 'ਤੇ ਇਹ ਸਾਰੇ ਕਾਸੇ ਦਾ ਕਿੱਦਾਂ ਦਾ ਅਸਰ ਪੈਣਾ? ਦੇਖੋ, ਜੇ ਤਾਂ ਜਥੇਦਾਰ ਉਹਨੂੰ ਮਿਸਾਲੀ ਸਜ਼ਾ, ਜਿਵੇਂ ਸੰਗਤ ਦੀ ਇੱਛਾ, ਸੰਗਤ ਦੀ ਜਿਵੇਂ ਭਾਵਨਾ ਹੈ, ਜੇ ਤਾਂ ਉਹ ਦੇ ਦਿੰਦੇ ਨੇ ਇਕੱਲੇ ਸੁਖਬੀਰ ਨੂੰ, ਸੰਗਤ ਦੀ ਜਿਹੜੀ ਇੱਛਾ ਹੈ ਉਹ ਇਹ ਹੈ ਵੀ ਇਹਨਾਂ ਨੂੰ ਹੁਣ ਟੋਟਲ ਦਫਾ ਕੀਤਾ ਜਾਵੇ, ਇਹਨਾਂ ਨੂੰ ਸਿਆਸਤ ਤੋਂ ਪਾਸੇ ਕੀਤਾ ਜਾਵੇ, ਮਤਲਬ ਇੰਨੇ ਅੱਕ ਚੁੱਕੇ ਨੇ ਹੁਣ ਇਹ ਜਥੇਦਾਰਾਂ ਦੇ ਅਧਿਕਾਰ ਖੇਤਰ 'ਚ ਹੈ ਇਸ ਕਿਸਮ ਦਾ ਕਿ ਨਹੀਂ, ਇਹ ਅਜੇ ਸਵਾਲ ਖੜ੍ਹਾ ਹੈ। ਵੈਸੇ ਜਦੋਂ ਨਵੇਂ ਪ੍ਰੈਸੀਡੈਂਟ ਵੀ ਸਥਾਪਿਤ ਹੁੰਦੇ, ਹਮੇਸ਼ਾ ਐਂ ਨਹੀਂ ਹੁੰਦਾ ਵੀ ਇਹ ਤਾਂ ਪਹਿਲਾਂ ਕਦੇ ਹੋਇਆ ਨਹੀਂ, ਉਹ ਤਾਂ ਸਿਰਫ ਇੰਨੀ ਕੁ ਸਜ਼ਾ ਹੀ ਦੇ ਸਕਦੇ ਨੇ, ਉਹ ਦੂਜੀ ਗੱਲ 'ਤੇ ਰੋਕ ਨਹੀਂ ਲਾ ਸਕਦੇ ਵੀ ਤੈਥੋਂ ਆਹ ਗੁਨਾਹ ਹੋਇਆ, ਤੂੰ ਆਹ ਧਾਰਮਿਕ ਤੈਨੂੰ ਸਜ਼ਾ ਦਿੱਤੀ ਜਾਂਦੀ ਹੈ, ਇਹ ਪੂਰੀ ਕਰ, ਐਂ ਅਰਥ ਜੇ ਲਏ ਜਾਂਦੇ ਨੇ। ਪਰ ਇਹ ਜ਼ਰੂਰੀ ਨਹੀਂ ਹੁੰਦਾ, ਨਵੇਂ ਪ੍ਰੈਸੀਡੈਂਟ ਹਮੇਸ਼ਾ ਇਤਿਹਾਸ 'ਚ ਸਾਰੀ ਦੁਨੀਆ 'ਚ ਹੀ ਐਂ ਹੁੰਦਾ, ਨਹੀਂ ਤਾਂ ਫਿਰ ਉਹੀ ਗੱਲਾਂ ਰਿਪੀਟ ਜਿਹੀਆਂ ਹੋਈ ਜਾਣ ਵਾਰ ਵਾਰ ਬਸ। ਸੋ ਮੇਰਾ ਖਿਆਲ ਹੈ ਇਟ ਸਟਿੱਲ ਓਪਨ, ਪਰ ਜਨਤਾ ਦੀ ਇੱਛਾ ਇਹ ਹੈ ਵੀ ਯਾਰ ਉਹ ਪਾਸੇ ਕੀਤੇ ਜਾਣ, ਜੇ ਨਹੀਂ ਕਰਦੇ, ਜਨਤਾ ਕਰ ਚੁੱਕੀ ਹੈ, ਆ ਜਾਣਗੀਆਂ 27 ਦੀਆਂ ਇਲੈਕਸ਼ਨ ਵੀ ਆ ਜੂਗੀ, ਇਹ ਵੀ ਚਾਹ ਲਾ ਲੈਣ, ਭਾਵੇਂ ਜੇ ਕੁਛ ਨਹੀਂ ਦਿਸਦਾ ਸਾਨੂੰ ਵੀ ਕੌਣ 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 ਲੜੂ, ਵੀ ਲੋਕ ਫਿਰ ਕਾਂਗਰਸ ਨੂੰ ਲਿਆਉਣਗੇ, ਇਹ ਵੀ ਹੁੰਦਾ ਕਿਤੇ ਲੋਕਾਂ ਦਾ ਵੀ ਯਾਰ ਇਹਨਾਂ ਨਾਲੋਂ ਤਾਂ ਇਹਨਾਂ ਨੂੰ ਸਜ਼ਾ ਦਿਓ, ਕਿ ਆਪ ਆਈ ਆਈ ਹੈ, ਇਹ ਵਾਪਰ ਜਾਂਦਾ। ਸੋ ਮੇਰੀ ਆਪਣੀ ਅਸੈਸਮੈਂਟ ਇਹ ਬਣਦੀ ਹੈ ਵੀ ਇਹਨਾਂ ਨੂੰ ਹੁਣ ਲੋਕ ਨਹੀਂ ਕਬੂਲ ਕਰਨਗੇ,
ਇਹ ਦੇਖ ਲੈਣ ਇਹਦੇ ਸਤਾਈ ਦਾ ਇੱਕ ਵਾਰ ਹੋਰ ਭੁਲੇਖਾ, ਜਿਹੜਾ ਬਾਗੀਆਂ ਨੂੰ, ਜਿਹੜਾ ਬਾਗੀ ਕਹਿੰਦੇ ਨੇ ਆਪਦੇ ਆਪ ਨੂੰ, ਉਹ ਦਾਗੀ ਨੂੰ ਬਰਾਬਰ ਦੇ ਦਾਗੀ ਆ, ਉਹਨੂੰ ਬਾਗੀ ਕਿਹੜੇ ਨੂੰ? ਸੋ ਇਹ ਤਾਂ ਇਹ ਸਾਰਾ ਜਾਊ ਅਤੇ ਕੋਈ ਨਵੀਂ ਲੀਡਰਸ਼ਿਪ ਉੱਭਰੂਗੀ ਅਤੇ ਨਵੀਂ ਲੀਡਰਸ਼ਿਪ ਉੱਭਰਨ ਦਾ ਰਮਨੀਕ ਸਿੰਘ ਉਹਦਾ ਜੇ ਕੁਛ ਵੀ ਕਹਿ ਸਕਣਾ ਨਿਸ਼ਚਿਤਾ ਨਾਲ ਬਹੁਤ ਔਖਾ ਹੈ, ਕਿਉਂਕਿ ਇਹ ਹਾਲਤ ਵੀ ਮੈਂ ਫਿਰ ਕਹਿਣਾ ਅਜਿਹੀ ਹਾਲਤ ਪੰਥ 'ਚ ਕਦੇ ਵੀ ਪੈਦਾ ਨਹੀਂ ਸੀ ਹੋਈ। ਜਦੋਂ ਪੰਥ ਗੁਲਾਮ ਹੁੰਦਾ ਸੀ ਪਹਿਲਾਂ ਮੁਗਲਾਂ ਦਾ ਫਿਰ ਅੰਗਰੇਜ਼ਾਂ ਦਾ, ਮੇਰਾ ਖਿਆਲ ਨਹੀਂ ਕਿਸੇ ਸਿੱਖ ਨੂੰ ਉਦੋਂ ਕੋਈ ਸਿੱਖ ਇਹ ਕਹੇ ਵੀ ਨਹੀਂ ਨਹੀਂ ਗੁਲਾਮ ਥੋੜ੍ਹਾ ਇਸ ਤਾਂ ਆਜ਼ਾਦ ਆ। ਇਹ ਤਾਂ ਹੋਊ ਵੀ ਇੱਥੇ ਚੱਲਣਾ ਕਿਵੇਂ ਹੈ, ਇਹ ਨਹੀਂ ਵੀ ਗੁਲਾਮੀ ਨੂੰ ਡਿਨਾਈ ਕਰੀ ਜਾਣ, ਕੌਣ ਕਹਿੰਦਾ ਗੁਲਾਮ ਹੈ? ਐਤਕੀ ਜਿਹੜੀ ਇਹ ਗੁਲਾਮੀ ਹੈ ਨਵੀਂ ਫਾਰਮ ਦੇ ਵਿੱਚ ਹੈ, ਨਵੀਂ ਸਿਚੁਏਸ਼ਨ ਦੇ ਵਿੱਚ ਹੈ, ਇਹਦੀ ਸਭ ਤੋਂ ਖਤਰਨਾਕ ਗੱਲ ਇਹ ਹੈ ਵੀ ਐਡੀ ਖਤਰਨਾਕ ਗੁਲਾਮੀ ਹੈ ਅਤੇ ਬੰਦਿਆਂ ਨੂੰ ਗੁਲਾਮੀ ਲੱਗਦੀ ਵੀ ਨਹੀਂ। ਜਿਵੇਂ ਬੇੜੀਆਂ ਹੀ ਆਪਦੀਆਂ ਗਹਿਣਾ ਲੱਗੀ ਜਾਂਦਾ ਨਾ ਗੁਲਾਮੀ ਦੀਆਂ ਬੇੜੀਆਂ, ਵੀ ਤਾਂ ਸਾਡੀ ਸ਼ਾਨ ਹੈ ਜੀ। ਸੋ ਕਾਫੀ ਵਰਗ ਹੈ ਇਹ ਨਾ 18ਵੀਂ ਸਦੀ 'ਚ ਸੀ, ਨਾ 19ਵੀਂ ਸਦੀ 'ਚ, ਨਾ 20ਵੀਂ ਸਦੀ 'ਚ। ਸੋ ਇਹ 47 ਤੋਂ ਬਾਅਦ ਜਿਹੜੀ ਇਹ ਨਵੀਂ ਕਿਸਮ ਦੀ ਗੁਲਾਮੀ ਆਈ ਹੈ, ਜਿਹਨੂੰ ਸੰਤਾਂ ਨੇ, ਮਤਲਬ ਤਾਂ ਹੀ ਕਿੰਨਾ ਚਿਰ ਲੱਗਿਆ ਸੰਤਾਂ ਨੂੰ ਜਾ ਕੇ, ਮਤਲਬ 82-83 'ਚ ਜਾ ਕੇ ਕਹਿਣਾ ਪਿਆ ਵੀ ਸਿੱਖ ਗੁਲਾਮ ਨੂੰ, ਅਤੇ ਗੁਲਾਮ ਤਾਂ 47 'ਚ ਹੋ ਗਏ ਸੀ। ਜੇ ਗੱਲ ਆਉਣ 'ਚ ਇੰਨੀ ਦੇਰ ਲੱਗੀ ਤਾਂ ਇਹ ਚੇਤਨਾ ਪੂਰੀ ਕੌਮ ਦੇ ਵਿੱਚ ਫੈਲਾਉਣ 'ਚ ਬੜ, ਅਤੇ ਹੁਣ ਇੰਨੀ ਪੋਲਰਾਈਜੇਸ਼ਨ ਹੋਈ ਪਈ ਆ, ਇੱਕ ਹਿੱਸਾ ਜਿਹੜਾ ਬਹੁਤ ਵੱਡਾ ਆ ਉਹ ਜਿਹੜਾ ਬਿਲਕੁਲ ਹੀ ਜਿਹਨੂੰ ਹੈ ਹੀ ਨਹੀਂ, ਗੈਰਤ ਹੀ ਖਤਮ ਹੈ ਉਹਦੇ 'ਚ ਵੀ ਸਾਨੂੰ ਤਾਂ ਇਹੀ ਠੀਕ ਹੈ, ਇਹਦੇ ਅਧੀਨ ਉਹ ਪਰਿਕਰਮਾ ਦਿੱਲੀ ਦੀ ਕਰਦੇ, ਇੱਕ ਦੂਜੇ ਨੂੰ ਪਿੱਛੇ ਸੁੱਟ ਸੁੱਟ ਕੇ ਜਾ ਰਹੇ, ਈਵਨ ਜਿਹੜੀਆਂ ਖਾੜਕੂ ਲਹਿਰ ਨਾਲ ਜੁੜੇ ਬੰਦੇ ਵੀ ਜਾਂ ਜਿਹੜੀਆਂ ਸੰਸਥਾਵਾਂ ਸਭ ਕੁਛ ਇਸ ਤਰ੍ਹਾਂ ਦੀਆਂ ਉਹ ਵੀ ਜਾ ਰਹੀਆਂ। ਅਤੇ ਰਮਨੀਕ ਸਿੰਘ ਜੀ ਆਪਾਂ ਗੱਲ ਨੂੰ ਨਿਬੇੜਨਾ ਹੋ ਗਈ, 18ਵੀਂ ਸਦੀ ਦੀ ਵਿਸ਼ੇਸ਼ ਖਾਸੀਅਤ ਇਹ ਸੀ ਕਿ ਬਾਣਾ ਜਿਹੜਾ ਹੈ ਉਹ ਤੁਹਾਡੇ ਟਰੂ ਕਰੈਕਟਰ ਨੂੰ ਰਿਫਲੈਕਟ ਕਰਦਾ ਸੀ। ਬਾਣਾ ਪਾਇਆ ਮੀਨਸ ਪੰਥ ਵਾਸਤੇ ਮਰ ਮਿਟੂ, ਉਹ ਤਾਂ ਸ਼ਹਾਦਤ ਦਾ ਰਾਹ ਹੀ ਸੀ ਬਸ, ਬਾਣਾ ਪੈ ਗਿਆ ਤਾਂ ਸ਼ਹੀਦ ਸ਼ਹਾਦਤ ਦੇ ਰਾਹ 'ਤੇ ਤੁਰ ਪਿਆ ਬੰਦਾ, ਹੁੰਦੇ ਸੀ 18ਵੀਂ ਸਦੀ 'ਚ। ਪਖੰਡ ਵਾਸਤੇ ਕੋਈ ਬਾਣਾ ਪਾ ਸਕਦਾ ਸੀ? ਦਿਖਾਵੇ ਲਈ, ਉੱਥੇ ਦਿਖਾਵੇ ਦੀ ਗੁਜਾਇਸ਼ ਹੀ ਨਹੀਂ ਸੀ, ਸਭ ਕੁਛ ਹੀ ਅਸਲ ਸੀ, ਖੋਟ ਕਿਤੇ ਹੈ ਹੀ ਨਹੀਂ ਸੀ। ਹੁਣ ਸਭ ਤੋਂ ਡੇਂਜਰਸ ਗੱਲ ਇਹ ਹੈ ਦਿਖਾਵਾ ਬਹੁਤ ਹੋ ਗਿਆ, ਸੋ ਕਿਤੇ ਯਕੀਨ ਕਰੇ ਬੰਦਾ? ਉਦੋਂ ਕੋਈ ਬੰਦਾ ਜਿਹੜਾ ਬਾਣਾ ਪਾਉਂਦਾ ਸੀ ਉਹ ਖੁਦ ਪ੍ਰਸਤ ਨਹੀਂ ਸੀ, ਹੋ ਹੀ ਨਹੀਂ ਸਕਦਾ ਸੀ, ਤਾਂ ਪੰਥ ਪ੍ਰਸਤ ਕੌਮ ਪ੍ਰਸਤ ਸੀ, ਤਾਂ ਗੁਰੂ ਨੂੰ ਸਮਰਪਿਤ ਸੀ ਬਸ। ਹੁਣ ਬਾਣੇ ਦੇ ਵਿੱਚ ਵੀ ਖੁਦ ਪ੍ਰਸਤੀ ਸਾਫ਼ ਦਿਸਦੀ ਹੈ, ਅਹੁਦਿਆਂ 'ਤੇ ਬੈਠਿਆਂ ਦੇ, ਅਕਾਲ ਤਖ਼ਤ ਦੇ ਜਥੇਦਾਰਾਂ ਤੋਂ ਕੋਈ ਐਸ ਹੋ ਸਕਦਾ ਜੋ ਕੁਛ ਅਗਿਆਨੀ ਗੁਰਬਚਨ ਸਿੰਘ ਕਰਕੇ ਗਿਆ ਜਾਂ ਹੁਣ ਵੀ ਜੋ ਕੁਛ ਹੋ ਰਿਹਾ। ਸੋ ਇਸ ਹਾਲਤ 'ਚ ਜਿਹੜੀ ਆਪਾਂ ਕਹੀਏ ਵੀ ਕੋਈ ਨਵੀਂ ਲੀਡਰਸ਼ਿਪ, ਅਜੇ ਕੁਛ ਵੀ ਨਿਸ਼ਚਿਤਾ ਨਾਲ ਕਹਿਣਾ ਮੁਸ਼ਕਲ, ਅਤੇ ਬੜੀ ਅਮੋਰਫਸ ਜੀ ਸਿਚੁਏਸ਼ਨ ਆ ਅਜੇ ਵੀ, ਇਹਦੇ 'ਚੋਂ ਕੌਣ ਉੱਭਰੂ, ਕਿਵੇਂ ਉੱਭਰੂ, ਇੱਥੇ ਸਾਰੇ ਫਾਰਮੂਲੇ ਫੇਲ ਹੋ ਰਹੇ ਨੇ। ਇੱਕ ਗੱਲ ਮੈਂ ਦਾਅਵੇ ਨਾਲ ਕਹਿ ਸਕਦਾ, ਜੋ ਵੀ ਉੱਭਰੂ ਉਸ ਸਟਰਗਲ 'ਚੋਂ ਉੱਭਰੂ, ਉਹ ਐਂ ਨਹੀਂ ਵੀ ਮਤਿਆਂ ਨਾਲ ਹੀ ਉੱਭਰਿਆ ਹੋਊ,
ਸੋ ਇੰਨੀ ਕੁ ਗੱਲ ਆਪਾਂ ਕਰ ਸਕਦੇ ਜੀ। ਸੋ ਇਹ ਸਨ ਸਰਦਾਰ ਅਜਮੇਰ ਸਿੰਘ ਜੀ, ਜਿਨ੍ਹਾਂ ਤੋਂ ਆਪ ਜੀ ਨੇ ਇਹਨਾਂ ਦੇ ਵਿਚਾਰ ਸੁਣੇ। ਗੱਲ ਤਾਂ ਸ਼ੁਰੂ ਹੋਈ ਸੀਗੀ ਸੁਖਬੀਰ ਬਾਦਲ ਦੇ ਜੋ ਤਨਖਾਹੀਆ ਕਰਾਰ ਦੇਣ ਦੇ ਵਰਤਾਰੇ ਤੋਂ, ਪਰ ਚੱਲਦੇ ਚੱਲਦੇ ਸੋ ਸਰਦਾਰ ਅਜਮੇਰ ਸਿੰਘ ਉਹਨਾਂ ਨੇ ਜੋ ਮੌਜੂਦਾ ਸਿੱਖ ਜਗਤ ਹੈ ਉਸ ਦੀ ਅਜੋਕੀ ਸਿਆਸੀ ਅਤੇ ਇਖਲਾਕੀ ਦਸ਼ਾ ਹੈ ਉਸ 'ਤੇ ਵੀ ਚਾਨਣ ਪਾਇਆ। ਸੋ ਇਸ ਘੜੀ ਵਿੱਚ ਇੰਨਾ ਹੀ ਹੈ ਅਤੇ ਆਪ ਸਭ ਤੋਂ ਆਗਿਆ ਲੈਂਦੇ ਹਾਂ, ਅਗਲੀ ਵਾਰੀ ਫਿਰ ਛੇਤੀ ਮੁਲਾਕਾਤ ਹੋਵੇਗੀ। ਉਦੋਂ ਤਾਈਂ ਆਗਿਆ ਬਖਸ਼ੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।